ਤਵਾਲੇ ਗੁਨਾਜ਼ਿਰ ਪ੍ਰੋਗਰਾਮ ਸੋਚ ਵਿਚਾਰਦਾਨ ਦਾ ਤੁਹਾਡਾ ਮੇਜ਼ਬਾਨ ਅਸਦ ਖੁਰੀਸ਼ੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਨਾਜ਼ਿਰਨ ਅੱਲਾਹ ਤਰਬੀ ਉਲ ਇਜ਼ਤ ਨੇ ਫਰਮਾਇਆ ਕਿ ਸੈਰ ਫਿਲ ਅਰਜ਼ ਜ਼ਮੀਨ ਦੇ ਵਿੱਚ ਘੁੰਮੋ ਫਿਰੋ ਤੇ ਅਸੀਂ ਇੰਨੇ ਖੁਸ਼ਕਿਸਮਤਾਂ ਕਿ ਬਹਿਸੀ ਤੇ ਪਾਕਿਸਤਾਨੀ ਅੱਲਾਹ ਰਬ ਉਲ ਇਜ਼ਤ ਨੇ ਸਾਡੇ ਮੁਲਕ ਤੇ ਵਿੱਚ ਕੁਦਰਤੀ ਮੁਕਾਮਾਤ ਦੀ ਬਰਮਾਰ ਕੀਤੀ ਹੈ ਕੁਦਰਤੀ ਮੁਕਾਮਾਤ ਇੰਨੇ ਜ਼ਿਆਦਾ ਨੇ ਕਿ ਅਸੀਂ ਸੋਚਨੇ ਹਰ ਸਾਲ ਕਿ ਅਸੀਂ ਕਿੱਥੇ ਜਾਈਏ ਤੇ ਕਿੱਥੇ ਜਾ ਕੇ ਚੀਜ਼ਾਂ ਨੂੰ ਐਕਸਪਲੋਰ ਕਰੀਏ ਅੱਜ ਸਿਹਤ ਦੇ ਵਾਲੇ ਨਾਲ ਅਸੀਂ ਗੱਲ ਕਰਾਂਗੇ ਤੇ ਇਸ ਮੌਜੂਦ ਉਤੇ ਗੱਲ ਕਰਨ ਵਾਸਤੇ ਸਾਡੇ ਨਾਲ ਸਟੂਡੀਓਸ ਤੇ ਮੌਜੂਦ ਨੇ ਆਸੀਫ ਬਿਲਾਲ ਉਦਦੀ ਸਾਹਿਬ ਸੈਕਟਰੀ ਟੂਰਿਜ਼ਮ ਪੰਜਾਬ ਨੇ ਸਰ ਤੁਹਾਡੀ ਆਮਦ ਦਾ ਬਹੁਤ ਬਹੁਤ ਸ਼ੁਕਰੀਆ ਉਹਨਿੰਦਾਲ ਮੌਜੂਦ ਨੇ ਮਕਸੂਦ ਚੁਕਤਾਈ ਸਾਹਿਬ ਟੂਰਿਜ਼ਮ ਸਪੈਸ਼ਲਿਸਟ ਨੇ ਟੂਰਿਜ਼ਮ ਗਾਈਡ ਨੇ ਤੇ ਬਹੁਤ ਸਾਰੇ ਸਫਰ ਇਹਨਾਂ ਨੇ ਪੈਦਲ ਬਸਾਂ ਦੇ ਵਿੱਚ ਤੇ ਬਾਈਕ ਦੇ ਉੱਤੇ ਜਿਹੜਾ ਪੂਰਾ ਪਾਕਿਸਤਾਨ ਨੇ ਘੁੰਮੇ ਨੇ ਤੇ ਪੂਰਾ ਮੁਲਕ ਦੇ ਇਲਾਵਾ ਪੂਰੀ ਦੁਨੀਆ ਬਲਕਿ ਅਜ਼ਰਬਾਈਜਾਨ ਤੁਰਕੀ ਅਸਤਾਨੇ ਮੁਮਾਲਕ ਔਰ ਦੋ ਸਮਾਲਕ ਜਿਹੜੇ ਸਾਡੇ ਪਾਕਿਸਤਾਨ ਨਾਲ ਮਿਲਦੇ ਨੇ ਬਹੁਤ ਸਾਰੇ ਮੁਮਾਲਕ ਨਾਲ ਇਹਨਾਂ ਨੇ ਬਾਈਕ ਦੇ ਉੱਤੇ ਸਫਰ ਕੀਤਾ ਹੈ ਤੇ ਪਹਿਲਾ ਸਵਾਲ ਮੈਂ ਲੋਜੀ ਸਾਹਿਬ ਤੁਹਾਡੇ ਕਰਨਾ ਲਾਹੌਰ ਦੇ ਵਿੱਚ ਅਸੀਂ ਇਸ ਟਾਈਮ ਬੈਠੇ ਆਂ ਤੇ ਲਾਹੌਰ ਦੀ ਸਿਆਹਤ ਦੀ ਗੱਲ ਕੀਤੀ ਜਾਏ ਤੇ ਟੂਰਿਜ਼ਮ ਪੰਜਾਬ ਡਿਪਾਰਟਮੈਂਟ ਦਾ ਕੀ ਇਨੀਸ਼ੀਏਟਿਵ ਹੈ ਕਿ ਲਾਹੌਰ ਦੇ ਵਾਲੇ ਨਾਲ ਪੂਰੀ ਦੁਨੀਆ ਨੂੰ ਇਹ ਦੱਸਿਆ ਜਾਵੇ ਕਿ ਹੈ ਜੇ ਕਿ ਲਾਹੌਰ ਦੇ ਵਿੱਚ ਬਹੁਤ ਸਾਰੇ ਸਿਆਤੀ ਮੁਕਾਮਾਤ ਮੌਜੂਦ ਨੇ ਤੇ ਟੂਰਿਜ਼ਮ ਪੰਜਾਬ ਇਹਨੂੰ ਕਿਸ ਤਰ੍ਹਾਂ ਵੇਖ ਰਿਹਾ ਲਾਹੌਰ ਸਾਡਾ ਸ਼ਹਿਰ ਜਿਹੜਾ ਹੈ ਇਹ ਬੇਸਿਕਲੀ ਇੱਕ ਓਪਨ ਸਿਟੀ ਹੈ ਲਾਹੌਰੀਏ ਕਿਉਂਕਿ ਮੈਂ ਆਪ ਵੀ ਲਾਹੌਰੀਆਂ ਹਾਂ ਤੇ ਲਾਹੌਰ ਦੇ ਜਿਹੜੇ ਲੋਕ ਨੇ ਘੁੰਮਣ ਦੇ ਸ਼ੌਕੀਨ ਨੇ ਹਾਂ ਤੇ ਅਸੀਂ ਤੇ ਬੜੇ ਸ਼ੁਕੀਨ ਆ ਲੋਕਾਂ ਨਾਲ ਮਿਲਣ ਜੁਲਣ ਆਸਤੇ ਸਾਡਾ ਜਿਹੜਾ ਦਰੂਨ ਹੈ ਤੁਸੀਂ ਵੇਖੋ ਉੱਥੇ ਸਾਡੇ ਘਰਾਂ 'ਚ ਬਾਹਰ ਬੈਠਕ ਹੁੰਦੀ ਸੀ ਆਪਣੀ ਯਾਨੀ ਕਿ ਹਰ ਘਰ ਦੇ ਵਿੱਚ ਇੱਕ ਆਪਣਾ ਸੋਸ਼ਲ ਕਲੱਬ ਹੁੰਦਾ ਸੀ ਜਿਹੜਾ ਤੁਹਾਡਾ ਆਪਣਾ ਕਲੱਬ ਸੀ ਹਾਂ ਥੜਾ ਕਲੱਬ ਸੀ ਕਿ ਜਿੱਥੇ ਤੁਹਾਡੀ ਮੈਂਬਰਸ਼ਿਪ ਵੀ ਓਪਨ ਸੀ ਕਿ ਤੁਹਾਡਾ ਜਿਹੜਾ ਵੀ ਬੇਲੀ ਹੈ ਜਿਹੜਾ ਤੁਹਾਡਾ ਮੱਲੇਦਾਰ ਹੈ ਉਹ ਤੁਹਾਡਾ ਕਲੱਬ ਦਾ ਮੈਂਬਰ ਹੈ ਉਹ ਸ਼ਾਮ ਨੂੰ ਬਹਿੰਦਾ ਹੈ ਤੁਹਾਡੇ ਨਾਲ ਗੱਪ ਲਾਂਦਾ ਹੈ ਤੁਹਾਡੇ ਦੁੱਖ ਦਰਦ ਕਰਦਾ ਹੈ ਫਿਰ ਤੁਸੀਂ ਪਲਾਨ ਕਰਦੇ ਹੋ ਘੁੰਮਦੇ ਹੋ ਇਕੱਠੇ ਤੇ ਇਹ ਬੇਸਿਕਲੀ ਨੇ ਸਾਡੇ ਕੋਲ ਇਹ ਟ੍ਰੈਡੀਸ਼ਨ ਹੁੰਦੀ ਸੀ ਉਹਨਾਂ ਸੀ ਬੇਸਿਕਲੀ ਕੋਸ਼ਿਸ਼ ਕਰ ਰਹੇ ਆ ਕਿ ਲਾਹੌਰ ਸ਼ਹਿਰ ਦੇ ਵਿੱਚ ਪਬਲਿਕ ਸਕੁਅਰਸ ਐਡ ਕੀਤੇ ਜਾਣ ਯਾਨੀ ਕਿ ਲੋਕਾਂ ਵਾਸਤੇ ਕੋਈ ਇਕੱਠੇ ਬਹਿਣ ਦੀ ਜਗ੍ਹਾ ਬਣਾਈ ਜਾਏ ਕਿ ਜਿੱਥੇ ਲੋਕੀ ਜਾ ਸਕਣ ਉਹਦੇ ਵਿੱਚ ਦੇਖੋ ਕੁਝ ਐਡੀਸ਼ਨਸ ਤੇ ਹੋਏ ਨੇ ਬੜੇ ਅੱਛੇ ਜਿਵੇਂ ਤੁਹਾਡਾ ਫੂਡ ਸਟਰੀਟ ਬਣ ਗਿਆ ਜੀ ਜੀ ਪਹਿਲਾਂ ਗਵਾਲ ਮੰਡੀ ਵਾਲੀ ਸੀ ਉਹਦੇ ਬਾਅਦ ਫਿਰ ਸ਼ਿਫਟ ਹੋ ਗਈ ਬਾਦਸ਼ਾਹੀ ਮਸਜਿਦ ਦੇ ਨਾਲ ਉਹ ਬੜਾ ਇੱਕ ਅੱਛਾ ਐਡੀਸ਼ਨ ਹੈ ਹੁਣ ਅੱਜਕ ਲਾਹੌਰ ਦਾ ਸ਼ੋਅ ਪੀਸ ਹੈ ਲੋਕੀ ਆਂਦੇ ਨੇ ਬਾਰੋਂ ਵੇਖਣਾ ਬਾਰੋਂ ਐਮਬੈਸਡਰ ਅਸੀਂ ਵੇਖਣੇ ਸੁਫਰਾ ਆਂਦੇ ਨੇ ਸਾਰੇ ਵਿਜ਼ਿਟ ਕਰਦੇ ਨੇ ਐਸੀ ਤਰ੍ਹਾਂ ਦੇ ਪਬਲਿਕ ਸਕੁਏਰ ਅਸੀਂ ਐਡ ਇੱਕ ਮਿਸਾਲ ਦੇ ਤੌਰ ਤੇ ਪਬਲਿਕ ਸਕੁਏਰ ਜਿਹੜਾ ਉਹ ਅਸੀਂ ਪਲਾਨ ਕਰ ਰਹੇ ਆ ਇਹ ਜਿਹੜਾ ਜਿੱਥੇ ਤੋਪ ਜ਼ਮਜ਼ਮਾ ਤੁਹਾਡੀ ਹੈ ਇਹ ਸਾਡਾ ਮੈਟਰੋਪੋਲਿਟਨ ਮਿਊਸਪਲ ਕਾਰਪੋਰੇਸ਼ਨ ਮੈਟਰੋਪੋਲੀਟਨ ਕਾਰਪੋਰੇਸ਼ਨ ਦਾ ਦਫਤਰ ਹੈ ਲਾਹੌਰ ਮਿਊਜ਼ੀਅਮ ਐਨਸੀਏ ਹੈ ਪੂਰਾ ਮਾਲ ਲੋਡਦਾ ਟੁਲਿੰਟਲ ਲਾਲਾ ਇਹ ਵਾਲਾ ਜਿਹੜਾ ਪੋਰਸ਼ਨ ਹੈ ਸੀ ਇਹਨੂੰ ਕਿਸੇ ਤਰੀਕੇ ਨਾਲ ਪੈਡ ਪੈਡਿਸਟਰੀਅਨ ਜ਼ੋਨ ਬਣਾਈਏ ਕਿਉਂਕਿ ਜਦੋਂ ਉੱਠਣਾ ਬੈਣਾ ਤੇ ਫਿਰ ਗੱਡੀਆਂ ਤੇ ਨਹੀਂ ਗੁਜ਼ਾਰਦੇ ਉੱਥੇ ਫਿਰ ਅਸੀਂ ਉੱਥੇ ਉਹਨੂੰ ਪੈਡਿਸਟਨਾਈਜ਼ ਕਰਾਂਗੇ ਉਹਦੇ ਪਹਿਲੇ ਮਰਹਲੇ ਦੇ ਵਿੱਚ ਅਸੀਂ ਟੁਲਿੰਟਲ ਨੂੰ ਦੁਬਾਰਾ ਆਬਾਦ ਕਰ ਰਹੇ ਹਾਂ ਇਨਸ਼ਾਅੱਲਾ ਬੜੀ ਜਲਦੀ ਤੇ ਜਿਹੜੀ ਪੁਰਾਣੀ ਜਿਹੜੀ ਸਾਡੀ ਪੁਰਾਣੀ ਰਾਦਕਲੀ ਬਾਜ਼ਾਰ ਹੈ ਉਹ ਪੁਰਾਣੀ ਫੂਡ ਸਟਰੀਟ ਹੈ ਉਹ ਫੂਡ ਸਟਰੀਟ ਨੂੰ ਸਿਰਫ ਫੂਡ ਸਟਰੀਟ ਨਹੀਂ ਉਹਨੂੰ ਕਲਚਰ ਸਟਰੀਟ ਬਣਾ ਰਹੇ ਹਾਂ ਕਿ ਸਿਰਫ ਅਸੀਂ ਇਹ ਦਸੀਏ ਦੁਨੀਆ ਨੂੰ ਕਿ ਅਸੀਂ ਲਾਹ ਇਹ ਲੌਰ ਸਿਟੀ ਆਫ ਲਿਟਰੇਚਰ ਵੀ ਹੈ ਯੂਨੈਸਕੋ ਆਇਡੈਂਟੀਫਾਈਡ ਸੋ ਉਥੇ ਕਲਚਰਲ ਲਵ ਹੋਏ ਕੋਈ 뮤זיਕ ਹੋਏ ਨਾਲ ਕੋਈ ਮੈਂ ਇਸ ਤਰ੍ਹਾਂ ਦੀ ਕੋਈ ਨਈ ਚੀਜ਼ ਆ ਕੋਈ ਨਈ ਐਕਟੀਵਿਟੀ ਉਥੇ ਰੂਫ ਟਾਪ ਰੈਸਟੋਰੈਂਟ ਦੁਬਾਰਾ ਲੈ ਕੇ ਆਈਏ ਇਹ ਕਰ ਰਹੇ ਹਾਂ ਸੀ ਇਨਸ਼ਾਅੱਲਾ ਬਹੁਤ ਜਲਦੀ 뮤ਜ਼ੀਅਮ ਦੇ ਹਵਾਲੇ ਨਾਲ ਉਹ ਪ੍ਰੂਫ ਕਰ ਰਹੇ ਹਾਂ 뮤ਜ਼ੀਅਮ ਡਿਸਟ੍ਰਿਕਟ ਉਥੇ ਇੱਕ ਛੋਟਾ ਜਿਹਾ ਏਰੀਆ ਉਹਨੂੰ ਡਿਵੈਲਪ ਕਰਾਂਗੇ ਵਜ਼ੀਰ ਖਾਨ ਬਾਰਾਦਰੀ ਹੈ ਬਿਲਕੁਲ ਨਾਲ ਉਹਦੇ ਬੈਕ ਸਾਈਡ ਤੇ ਉਹਨੂੰ ਇਨਸ਼ਾਅੱਲਾ ਚੀਫ ਮਿਨਿਸਟਰ ਸਾਹਿਬ ਦਾ ਬੜਾ ਹੋ ਜੇ ਜਿਹੜੇ ਗੇਟ ਨੇ ਲਾਹੌਰ ਦੇ ਉਹ ਵੀ ਤੁਸੀਂ ਰਿਵਾਈਵ ਲਾਹੌਰ ਦੇ ਗੇਟ ਆਲਰੇਡੀ ਹੈ ਔਰ ਵਾਲ ਸਿਟੀ ਆਲਰੇਡੀ ਕਰ ਰਹੀ ਹੈ ਤੇ ਉਹਦੀ ਮਾਰਕੀਟਿੰਗ ਅਸੀਂ ਨਾਲ-ਨਾਲ ਕਰ ਰਹੇ ਆ ਤੇ ਉਹਦੇ ਇਲਾਵਾ ਇੱਕ ਜਿਹੜਾ ਵੱਡਾ ਇਨਸ਼ਾਅੱਲਾ ਇਨੀਸ਼ੀਏਟਿਵ ਤੁਹਾਡੇ ਵਾਲਾ ਨਜ਼ਦੀਕ ਆ ਗਿਆ ਹੈ ਹਫਤੇ ਦੇ ਵਿੱਚ ਇਨਸ਼ਾਅੱਲਾ ਓਪਨ ਵੀ ਹੋ ਜਾਏਗਾ ਤੁਹਾਡਾ ਜਿਹੜਾ ਗਵਰਨਰ ਹਾਊਸ ਹੈ ਦੀ ਓਪਨਿੰਗ ਹੋ ਰਹੀ ਹੈ ਪਬਲਿਕ ਯੂਜ਼ ਵਾਸਤੇ ਜੋ ਪਹਿਲਾਂ ਅਸੀਂ ਜਨਰਲੀ ਓਪਨ ਕਰਦੇ ਰਹੇ ਹਾਂ ਲੇਕਿਨ ਹਾਇਦ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗਾਈਡਡ ਟੂਰ ਹੋਵੇ ਜਿਵੇਂ ਤੁਸੀਂ ਵੈਸਟਮਿੰਸਟਰ ਐਬੇ ਜਾਂਦੇ ਹੋ ਜਾਂ ਤੁਸੀਂ ਵੱਡੇ ਵੱਡੀ ਜਗ੍ਹਾ ਤੇ ਜਿਹੜੀ ਪਬਲਿਕ ਬਿਲਡਿੰਗਸ ਨੇ ਇਹ ਲੋਕਾਂ ਦੀਆਂ ਬਿਲਡਿੰਗ ਨੇ ਗਰੁੱਪਸ ਦੇ ਵਿੱਚ ਲੋਕਾਂ ਨੂੰ ਟੂਰ ਕਰਵਾਉਣਾ ਉਹ ਗਰੁੱਪਸ ਦੇ ਵਿੱਚ ਜੋ ਜਾਣ ਇਲੈਕਟ੍ਰੋਨਿਕਲੀ ਟਿਕਟ ਪਰਚੇਸ ਕਰਾ ਉਹਨਾਂ ਨੂੰ ਅਨਾਰਕਲੀ ਦਰਵਾਜ਼ਾ ਸਾਡਾ ਬੜਾ ਫੇਮਸ ਦਰਵਾਜ਼ਾ ਜਿਹੜਾ ਗਵਰਨਰ ਹਾਊਸ ਦਾ ਜਿਹੜਾ ਕਸ਼ਮੀਰ ਰੋਡ ਤੇ ਨਿਕਲਦਾ ਜੀ ਜੀ ਉਥੇ ਪਾਰਕਿੰਗ ਬੰਦਿਆਂ ਦੀ ਕਿਰਾਏ ਜائے ਉਹਨਾਂ ਨੂੰ ਨਾਲ ਲੈ ਕੇ ਪੂਰਾ ਅੰਦਰ ਦਾ ਗਵਰਨਰ ਹਾਊਸ ਤੇ ਅੰਦਰ ਤੱਕ ਵਿਜ਼ਿਟ ਕਰਾਇਆ ਜਾਏ ਕਿਉਂਕਿ ਬੜੀ ਫੈਸੀਨੇਸ਼ਨ ਹੈ ਕਿ ਲੋਕ ਲੋਕ ਨਹੀਂ ਵੇਖ ਸਕੇ ਹਲੇ ਤੱਕ ਗਵਰਨਰ ਹਾਊਸ ਤੇ ਬੜਾ ਜ਼ਬਰਦਸਤ ਉਹਦੇ ਵਿੱਚ ਬੁੱਧਾ ਬਾਉਲ ਹੈ ਉਥੇ ਸਵਾਰਡ ਰੂਮ ਹੈ ਉਥੇ ਬੜਾ ਖੂਬਸੂਰਤ ਡਰਾਇੰਗ ਰੂਮ ਹੈ ਉਥੇ ਬਹੁਤ ਖੂਬਸੂਰਤ ਡਾਈਨਿੰਗ ਹਾਲ ਹੈ ਲਾਇਬ੍ਰੇਰੀ ਹੈ ਔਰ ਹਿਸਟੋਰੀਕਲ ਹੈ ਹਿਸਟੋਰੀਕਲ ਚੀਜ਼ਾਂ ਉਹਦੇ ਵਿੱਚ ਛੋਟਾ ਜਿਹਾ ਐਕਜ਼ੂ ਹੈ ਉਥੇ ਲੇਕ ਹੈ ਛੋਟੀ ਜੀ ਬਹਾਰ ਦਰੀ ਹੈ ਪੋਜੀਸ਼ਨ ਹੋਣਗੇ ਸੋ ਪੂਰਾ ਇਕੋਨਾ ਫਿਰ ਉਹਨਾਂ ਨੂੰ ਸਰਵ ਉਹੀ ਬਹਿਰੇ ਕਰਨਗੇ ਜਿਹੜੇ ਗਵਰਨਰ ਹਾਊਸ ਦੇ ਬਹਿਰੇ ਨੇ ਤੇ ਤੁਸੀਂ ਗਵਰਨਰ ਹਾਊਸ ਦੇ ਗੈਸਟ ਹੋਗੇ ਹੂੰ ਤੇ ਤੁਸੀਂ ਉਂਝੀ ਫੀਲ ਕਰੋਗੇ ਇਨਸ਼ਾਅੱਲਾ ਜੀ ਪ੍ਰੋਟੋਕੋਲ ਫੀਲ ਕਰੋਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਚਕਤਾਈ ਸਾਹਿਬ ਪੂਰਾ ਪਾਕਿਸਤਾਨ ਬਾਈਕ ਤੇ ਟੂਰ ਕੀਤਾ ਹੈ ਤੇ ਪਾਕਿਸਤਾਨ ਦੇ علاوہ ਤੁਰਕੀ ਤੇ ਆਜ਼ਰਬਾਈਜਾਨ ਵੀ ਗਿਓ ਇਹ ਦੱਸੋ ਕਿ ਕਿੰਨਾ ਸਫਰ ਕੀਤਾ ਹੈ ਤੇ ਕਿਸ ਉਮਰ ਦੇ ਵਿੱਚ ਤੁਸੀਂ ਸਟਾਰਟ ਕੀਤੀ ਸਿਹਤ ਮੈਂ ਡਾਂਗਵਨ ਮਿਸ਼ਨੇ ਸਕੂਲ ਤੋਂ ਪੜਿਆ ਠੀਕ ਹੈ ਇਹ ਬਣਿਆ ਸੀ 1849 ਔਰ ਅਦਰ ਜੈ ਫਾਊਂਡਰ ਸੀ ਫੋਰਮਨ ਕ੍ਰਿਸਚਨ ਸੀ تعلیم ਦੇ ਨਾਲ ਨਾਲ ਐਕਸਟਰਾ ਕੋ curricular ਐਕਟੀਵਿਟੀਜ਼ ਹੁੰਦੀਆਂ ਸਨ ਮੈਂ ਬੁਆਇਸਕਾਟ ਬਣ ਗਿਆ ਉਹ ਕੋਪ ਮਾਈ ਹਾਈਕਿੰਗ ਕੈਂਪਿੰਗ ਤੇ ਰਾਕੀ ਕਸ਼ਤੀ ਰਨੀ ਚਲਿਆ 7 ਦਿਨ ਵਲਟਨ ਹੋਇਆ ਕੰਮ 7 ਦਿਨ ਮਰੀਜ਼ ਕੰਮ ਹੋਇਆ ਸਕੂਲ ਦਾ ਦਮਾਨਾ ਖਤਮ ਹੋ ਗਿਆ ਤੇ ਮੈਨੂੰ ਘੁੰਮਣ ਫਿਰਨ ਦਾ ਚੋਕਾ ਸਕੂਲ ਚਿਕਾਉਟਿੰਗ ਸ਼ੁਰੂ ਕਰਤੀ ਸੀ ਤੇ ਉਹਦੇ ਬਾਅਦ ਜਿਹੜਾ ਨਾ ਆਪਣੇ ਤੌਰ ਤੇ ਨਦਰਨ ਏਰੀਆ ਕਿਲਾਸ਼ ਹੁੰਦਾ ਗਿਲਗਿਤ ਕੋ ਦੂ ਦੇਖਾਂ ਮੈਂ ਐਕਸ ਬੈਂਕਰਾਂ ਮੈਂ ਬੈਂਕ ਜੋਇਨ ਕੀਤਾ ਸੀ 83 ਤੋਂ 86 ਉਸ ਦੌਰਾਨ ਇੰਟੀਰੀਅਰ ਸੀਨ ਸੇਵੋ ਸ਼ਰੀਫ ਲਾਰਕਾਨਾ ਦਾਦੂ ਮੋਰੂਮ ਸਾਰਾ ਸਫ਼ਰ ਮੋਟਰਸਾਈਕਲ ਤੇ ਕੀਤਾ ਜੀ ਜੀ ਮੋਟਰਸਾਈਕਲ ਇਹ ਤਾਂ ਇਹ ਨਾ ਟਰਾਂਸਪੋਰਟ ਦੇਣੀਆਂ ਟਾਡੀ ਸੈਕੰਡਰੀ ਹੁੰਦੀ ਐਥੇ ਮਕਸਦ ਹੈ ਇਹ ਮਾਥਰ ਕਰਨਾ ਬਾਈਕ ਤੇ ਵੀ ਸਾਈਕਲ ਤੇ ਵੀ ਕਿਉਂਕਿ ਪਹਿਲੇ ਸਾਈਕਲ ਵੀ ਬੜੀ ਚੱਲਦੀ ਸੀ ਫਿਰ ਬਸਾਂ ਤੇ ਲੋਡਰ ਤੇ ਪੈਦਲ اچھا ਪੈਦਲ ਸਾਡੇ ਵਾਸਤੇ 20 22 ਕਿਲੋਮੀਟਰ ਚੱਲਣਾ ਬੜੀ ਮੰਗੁੱਲੀ ਗੱਲ ਐ ਫਿਰ ਇੰਟੀਰੀਅਰ ਸੀਨ ਸੇਵੋ ਸ਼ਰੀਫ ਲਾਰਕਾਨਾ ਦਾਦੂ ਮੋਰੂ ਮੌਜੂਦਾ ਦੇਖਿਆ 89 ਉਹ 91 ਜੋਦ ਵਿੱਚ ਮੈਂ ਬਾਈ ਰੋਡ ਚਾਇਨਾ ਗਿਆ ਅੱਛਾ ਬਾਈ ਰੋਡ ਚਾਇਨਾ ਜੀ ਜੀ ਉਹਦੇ ਬਾਅਦ ਅਕਸੂ ਕੋਲਡਾ ਤੇ ਉਰੰਗ ਕੀ ਜਿਹੜਾ ਸਾਡੇ ਨਾਲ ਪ੍ਰੋਫੀ ਸੂਬੇ ਨਾਉ ਸਿੰਘ ਹੀ ਆ ਗਏ ਸਿੰਘ ਉਰਮਜੀਤ ਸਿੰਘ ਹੀ ਆਂਦਾ ਦਰੂਲ ਘੁੰਮਦੇ ਬੜਾ ਅੱਛਾ ਲੱਗਾ ਫਿਰ 93 ਜੀ ਜੇ ਪਾਕਿਸਤਾਨ ਤੋਂ ਲੈ ਕੇ ਇੰਗਲੈਂਡ ਤੱਕ ਬਾਈ ਰੋਡ ਸਫਰ ਕੀਤਾ ਅੱਛਾ ਲੰਡਨ ਜਾਣ ਵੇਲੇ ਮੈਂ ਬਸਤੇ ਬੈਠਾ ਰੋਡ ਤੋਂ ਸਾਦਕਾ ਬਾਦ ਕਸ਼ਮੀਰ ਦੇ ਰਸਤੇ ਕੋਈਟਾ ਕੋਈਟਾ ਤੇ ਤਫਤਾਨ ਸਾਰਾ ਸਫਰ ਇਕੱਲੇ ਕੀਤਾ ਤੁਸੀਂ ਕੀ ਕੋਈ ਗਰੁੱਪ ਸੀ ਨਾਲ ਹਾਂ ਗਰੁੱਪ ਕਾਫੀ ਸਾਰੇ ਪਰਮਿਸ਼ਨ ਕਿਸੇ ਨੂੰ ਵੀਜ਼ਾ ਨਹੀਂ ਲੱਗਾ ਕਿਸੇ ਨੂੰ ਪਰਮਿਟ ਨਹੀਂ ਜਾਣ ਦੀ ਦਿੱਤੀ ਕਿਸੇ ਨੂੰ ਬਸਾਈ ਛੱਡ ਗਏ ਕੁਝ ਅੱਧੇ ਰਸਤੇ ਗਾਇਬ ਹੋ ਗਏ ਫਿਰ ਤੁਸੀਂ ਇਕੱਲੇ ਰਹਿ ਗਏ ਇੰਗਲੈਂਡ ਤੇ ਮੇਰਾ ਨਾ ਹੀ ਮਕਸੂਦ ਮੂਸੂਦਾਂ ਲਈ ਇਰਾਦਾ ਕਰਨਾ ਮੈਂ ਬੜਾ ਆਪਣੇ ਇਰਾਦੇ ਦੇ ਨਾਲ ਪੁਖਤਾ ਹੈਗਾ ਕਾਫੀ ਸਫਰ ਕਰੋ ਸੇ ਕੁੰਬ ਮਸੋਮਾ ਦੀ ਜ਼ਿਆਰਤ ਹੈ ਜ਼ਿਆਰਤ ਹੈ ਸ਼੍ਰੋਤullah ਤਹਿਰਾਨੋਂ ਚੇ ਐਸੇ ਇਨਾਨ ਦੇ ਬਤੁਰਕੀ ਬਲਗਾਰੀਆ ਰូមੇਨੀਆ ਹੰਗਰੀ ਫਰਾਂਸ ਜਰਮਨੀ ਇੰਗਲੈਂਡ ਇੰਗਲੈਂਡ ਸਾਡੇ ਨਾਲ ਗਿਲਵਿਲ ਪਾਰਕਸ ਕੋਰਡ ਦਾ ਸਭ ਤੋਂ ਵੱਡਾ ਸੈਂਟਰ ਉਹਦੇ ਬਾਅਦ ਉਸਨੇ ਰੁਕੇ ਅਗੇ ਚੱਲ ਪਿਆ ਡਨਮਾਰਕ ਸਵੀਡਨ ਨਾਰਵੇ ਬੈਲਜੀਅਮ ਹਾਲੈਂਡ ਥਿਊਜ਼ਰਲੈਂਡ ਉਧਰ ਤੋਂ ਨਾਲ ਦੇ ਹਰ ਸਭ ਮੁਲਕ ਮੈਂ ਏਕ ਹੀ ਟ੍ਰਿਪ ਦੇਖੇ ਇਹਦੀ ਖਾਸ ਗੁਬੀ ਕਿ ਆਇਰਨ ਮੈਨ ਨਾਲ ਵੀਲ 500 ਡਾ ਸੈਕਟਰ ਸਾਹਿਬ ਵਰਲਡ ਟੂਰਿਜ਼ਮ ਡੇ ਬਿਲਕੁਲ ਕਰੀਬ ਸਾਡੇ ਆ ਗਿਆ ਹੈ ਤੇ ਇਹਦੇ ਹਵਾਲੇ ਨਾਲ ਟੂਰਿਜ਼ਮ ਡਿਪਾਰਟਮੈਂਟ ਨੇ ਕੋਈ ਇੱਕ ਗ੍ਰੀਨ ਟੂਰਿਜ਼ਮ ਦੇ ਨਾਲ ਨਾਲ ਇੱਕ ਇਨੀਸ਼ੀਏਟਿਵ ਲੇਤਾ ਹੈ ਬੜਾ ਖੂਬਸੂਰਤ ਇਨੀਸ਼ੀਏਟਿਵ ਹੈ ਇਹਦਾ ਮਕਸਦ ਕੀ ਹੈਗਾ 1980 ਤੋਂ ਹਰ ਸਾਲ ਹੈ ਵਰਲਡ ਟੂਰਿਜ਼ਮ ਡੇ ਮਨਾਇਆ ਜਾਂਦਾ ਹੈ ਇਹਦਾ ਐਗਜ਼ੈਕਟ ਡੇਟ ਜਨਰਲੀ 27 ਸਤੰਬਰ ਸੀ ਇਹਨੂੰ ਗਲੋਬਲੀ ਕਰਦੇ ਨੇ ਪਰ ਲੇਕਿਨ ਇਹ ਇੱਕ ਪੂਰਾ ਵੀਕ ਐਕਚੁਅਲੀ ਐਕਟੀਵਿਟੀ ਹੁੰਦੀ ਹੈ ਇੱਕ ਦਿਨ ਆਸਤੇ ਨਹੀਂ ਹੁੰਦਾ ਇਹ ਪੂਰਾ ਹਫਤਾ ਹੁੰਦਾ ਹੈ ਤੇ ਉਹਦੇ ਵਿੱਚ ਅਸੀਂ ਵੀ ਇਹ ਨੇਚਰਲੀ ਹਰ ਸਾਲ ਪਾਰਟਿਸਿਪੇਟ ਕਰਦਾ ਹੈ ਟीडीसीपी ਟੂਰਿਜ਼ਮ ਡਿਪਾਰਟਮੈਂਟ ਦੇ ਫਰੰਟ ਜਿਹੜਾ ਬਾਡੀ ਉਹਦੇ ਤੌਰ ਤੇ ਕੰਮ ਕਰਦਾ ਹੈ ਉਹਦੇ ਵਿੱਚ ਅਸੀਂ ਕੁਝ ਐਕਟੀਵਿਟੀਆਂ ਪਲਾਨ ਕੀਤੀਆਂ ਹੋਈਆਂ ਨੇ ਐਤ ਕੀ ਥੀਮ ਹੈ ਕੋਈ ਗ੍ਰੀਨ ਟੂਰਿਜ਼ਮ ਵਾਲਾ ਤੇ ਸਸਟੇਨੇਬਲ ਗ੍ਰੀਨ ਟੂਰਿਜ਼ਮ ਕਿ ਇੱਕ ਵਾਰੀ ਕਿ ਜਿਵੇਂ ਤੁਸੀਂ ਜਾਓ ਕਿਸੇ ਜਗ੍ਹਾ ਤੇ ਤੇ ਉਹਦਾ ਜਿਹੜਾ ਓਵਰਾਲ এনਵਾਇਰਨਮੈਂਟ ਹੈ ਉਹਨੂੰ ਡੈਮੇਜ ਨਹੀਂ ਹੋਣ ਦੇਣਾ કે એન્જોય ਵੀ ਕਰਨਾ હે ઓ સਾਰਾ ਜਿਹੜਾ এনवायरमेंट ਹੈ ਤੇ ਜਿਹੜੀ ਉਹ ਸੈਨਰੀ ਵੇਖੋ ਜਾਂ ਜੋ ਮਾਹੌਲ ਇੰਜੋਏ ਕਰੋ ਬਰਡ ਵਾਚਿੰਗ ਕਰੋ ਲੇਕਿਨ ਉਹਨੂੰ ਫਿਰ ਡਿਸਟਰਬ ਵੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਹਵਾਲੇ ਨਾਲ ਪਹਿਲਾ ਸਾਡਾ ਸਟਾਰਟ ਹੋਏਗਾ ਇਨਸ਼ਾਅੱਲਾ 24 ਸਤੰਬਰ ਨੂੰ 24 ਸਤੰਬਰ ਨੂੰ ਅਸੀਂ ਪਾਕਿਸਤਾਨ ਹੁਣ 올ਿਵ ਪ੍ਰੋਡਿਊਸਿੰਗ ਕੰਟਰੀਜ਼ ਦੇ ਵਿੱਚ ਬਹੁਤ ਨਮਾਇਆ ਮੁਕਾਮ ਹਾਸਲ ਕਰ ਚੁੱਕੇ ਆ ਸਾਡਾ ਲੌਰਾਂ ਫਿਰ ਟ੍ਰਿਪ ਜਾਣਗੇ ਅਸੀਂ TDCP ਬੁੱਕ ਕਰ ਰਹੇ ਆ ਟ੍ਰਿਪਸ ਟੂ ਚਕਵਾਲ ਉੱਥੇ ਉਹ 올ਿਵ ਜਿਵੇਂ ਉਹ ਪਲਾਂਟ ਹੁੰਦੇ ਨੇ ਕਿਵੇਂ ਪੈਕੇਜਿੰਗ ਹੋ ਰਹੀ ਹੈ ਉਹਨਾਂ ਦੀ ਉੱਥੋਂ ਚੀਜ਼ਾਂ ਕੀ ਜਿਹੜੀਆਂ ਬਣਦੀਆਂ ਨੇ ਪਈਆਂ ਇਹ ਆਨਲਾਈਨ ਸਾਰੀ ਰਿਜ਼ਰਵੇਸ਼ਨਜ਼ ਹੋ ਰਹੀ ਬਿਲਕੁਲ ਆਨਲਾਈਨ ਰਿਜ਼ਰਵੇਸ਼ਨ ਅਵੇਲੇਬਲ ਹੈ TDCP ਦੀ ਵੈਬਸਾਈਟ ਦੇ ਤੇ ਉਹ ਆਪਣਾ ਟੂਰ ਬੁੱਕ ਕਰਾਓ ਤੇ ਸਾਡੇ ਨਾਲ ਚਲੋ ਅਸੀਂ ਤੁਹਾਨੂੰ ਚੁਕਵਾਲ ਲੈ ਕੇ ਜਾਈਏ ਉੱਥੇ ਤੁਹਾਨੂੰ ਫਿਰ ਜਿਹੜੀ ਕਿ ਕਲਰ ਕਾਰ ਲੈ ਕੇ ਉੱਤੇ ਬਰਡ ਵਾਚਿੰਗ ਵੀ ਕਰਾਵਾਂਗੇ ਸਾਨੂੰ 올ਿਵਸ ਦੀ ਸਾਰੀ ਪ੍ਰੋਡਕਟਸ ਵੀ ਇਨਸ਼ਾਅੱਲਾ ਵਖਾਵਾਂਗੇ ਤੁਹਾਨੂੰ ਖਾਣਾ ਵੀ ਇਨਸ਼ਾਅੱਲਾ 올ਿਵ ਆਇਲ ਦੇ ਵਿੱਚ ਹੀ ਸਰਵ ਕਰਾਂਗੇ ਤੇ ਦਿਸ ਇਜ਼ ਦਾ ਫਰਸਟ ਡੇ ਉਦੇ ਬਾਅਦ ਫਿਰ ਜਿਹੜਾ ਨੈਕਸਟ ਇਵੈਂਟ ਹੈ ਸਾਡਾ 27 26 27 ਨੂੰ ਸਾਡੀ ਆਪਣੀ ਡਿਸਕਸ਼ਨਸ ਨੇ ਪਬਲਿਕ ਆਸਤੇ ਕਿ ਉਹ ਆਨ ਕਿ ਕਿਵੇਂ ਸੀ ਇਨਵੈਸਟਮੈਂਟ ਕਰੀਏ ਆਪਣੀ ਨਾ ਚੀਜ਼ਾਂ ਦੇ ਵਿੱਚ ਲੋਕਾਂ ਦੇ ਵਿੱਚ এনवायरमेंट ਦੇ ਵਿੱਚ ਤੇ ਇਹਨੂੰ ਇੰਪਰੂਵ ਕਰੀਏ ਉਹ ਅਸੀਂ ਸਾਡੇ ਜਿਹੜਾ ਕੋਲ ਹੋਟਲ ਹੈ ਉੱਥੇ ਇੱਕ ਸਾਡਾ ਇੱਕ ਓਪਨ ਸੈਮੀਨਾਰ ਆ ਰਿਹਾ 27th ਨੂੰ ਫਿਰ 30 ਤਾਰੀਖ ਨੂੰ ਅਸੀਂ ਗਵਰਨਰ ਆਊਸੀ ਹਮੇਸ਼ਾ ਇੱਕ ਫੰਕਸ਼ਨ ਕਰਨੇ ਹੋਨੇ ਆ ਇੱਕ ਵੱਡਾ ਫੰਕਸ਼ਨ ਹੋਏਗਾ ਇਨਸ਼ਾਅੱਲਾ ਗ੍ਰੈਂਡ ਫੰਕਸ਼ਨ ਜਿਹਦਾ ਥੀਮ ਹੀ ਹੈਗਾ ਕਿ ਬਾਗਾਂ ਦੇ ਸ਼ਹਿਰ ਦੀ ਕਹਾਣੀ ਵਾਹ ਇਹ ਬਾਗਾਂ ਦਾ ਸ਼ਹਿਰ ਹੈ ਉਹਦੀ ਕਹਾਣੀ ਇਨਸ਼ਾਅੱਲਾ ਉਹ ਪ੍ਰੈਜ਼ੈਂਟ ਕਰਾਂਗੇ ਅਸੀਂ ਡਰਾਮੈਟਿਕ ਫਾਰਮ ਦੇ ਵਿੱਚ 뮤지컬 ਫਾਰਮ ਦੇ ਵਿੱਚ ਉਹਦੇ ਬਾਅਦ ਫਿਰ ਇਨਸ਼ਾਅੱਲਾ 1 ਅਕਤੂਬਰ ਨੂੰ ਅਸੀਂ ਪਲਾਨ ਕਰ ਰਹੇ ਹਾਂ ਕਿ ਪਬਲਿਕ ਇਵੈਂਟ ਇੱਕ ਕਿ ਐਤਵਾਰ ਦਾ ਦਿਨ ਹੈ ਤੇ ਉਸ ਦਿਨ ਸੜਕਾਂ ਦੇ ਉੱਤੇ ਰਸ਼ਵੀਸਾ ਵਾਲਾ ਘਾਟ ਹੀ ਹੁੰਦਾ ਹੈ ਤੇ ਮੇਨ ਬੋਲੇਵਾਰਡ ਸਾਡੀ ਬੜੀ ਖੂਬਸੂਰਤ ਸੜਕ ਹੈ ਸਾਡਾ ਅਸੀਂ ਇਹਨੂੰ ਚੈਰਿਸ਼ ਕਰਨੇ ਆ ਤੇ ਇੱਥੇ ਇਨਸ਼ਾਅੱਲਾ ਲੋਕਾਂ ਨੂੰ ਲੈ ਕੇ ਆਈਏ ਇੱਥੇ ਅਸੀਂ ਛੋਟੇ-ਛੋਟੇ ਆ ਆਪਣੇ ਜਿਹੜੇ ਥੜਾ ਜਿਹੜਾ ਕਲਚਰ ਹੈ ਨਾ ਸਾਡਾ ਥੜਾ ਪੰਜਾਬ ਦਾ ਥੜਾ ਕਲਚਰ ਲਾਹੌਰ ਦਾ ਥੜਾ ਕਲਚਰ ਉਹ ਲੈ ਕੇ ਆਈਏ ਕਿਉਂ 뮤지컬ਾਂ ਬੈਠੇ म्यूजिक बजा रहे ਹੋਏ ਕੋਈ چھوٹਾ ਕੋਈ بڑا ਖੂਬਸੂਰਤ ਕੁਝ ਕੁਛ ਵਾਸਤੇ ਨਾਲ ਕੋਈ ਹਾਰਮੋਨੀਅਮ ਵਾਲਾ ਬੈਠਾ ਹੈ ਕੋਈ جناب ਤਬਲੇ ਵਾਲਾ ਬੈਠਾ ਹੈ ਤੇ ਬਹੁਤ سارے ਲੋਕ ਸਾਡੇ ਨਾਲ ਆ ਰਹੇ ਨੇ ਜਿਹੜੇ ਕਹਿੰਦੇ ਨੇ ਅਸੀਂ ਲਾਹੌਰ ਲੋਰੀਆਂ ਨੂੰ ਲਾਹੌਰ ਦਾ ਹੀ ਟੇਸ ਕਰਾਵਾਂਗੇ ਉਹ ਬਾਈਟ ਸਾਈਜ਼ ਚੀਜ਼ਾਂ ਉਹ ਬੰਚੇ ਆਂਦੇ ਨੇ ਕੋਈ ਛੋਟੇ ਛੋਟੇ ਸਮੋਸੇ ਕੋਈ ਐਫ ਜੀ ਚੀਜ਼ ਜਿਹੜੀ ਅਸੀਂ ਉਹਨਾਂ ਨੂੰ ਦੇ ਸਕੀਏ ਇਹ ਬੜਾ ਕਲਚਰ ਸਾਡਾ ਲਾਹੌਰ ਦਾ ਪਿੱਛੇ ਹੋ ਚੁੱਕਿਆ ਹੈ ਕਾਫੀ ਜ਼ਿਆਦਾ ਲਾਹੌਰ ਸ਼ਹਿਰ ਦੀ ਜਿਹੜੀ ਅਸਲ ਗੱਲ ਹੈ ਕਿਉਂਕਿ ਅਸੀਂ ਤੇ ਜੰਪਾ ਲਾਹੌਰ ਦੇ ਆ ਸਾਰੀ ਜ਼ਿੰਦਗੀ ਵੇਖਿਆ ਹੈ ਲਾਹੌਰ ਬੜਾ ਓਪਨ ਸ਼ਹਿਰ ਹੈ ਬਿਲਕੁਲ ਲਾਹੌਰ ਦੀ ਪਾਕਿਸਤਾਨ ਦਾ ਦਿਲ ਹੈ ਬਿਲਕੁਲ ਤੇ ਦਿਲ ਧੜਕਣਾ ਜਬੰਦ ਹੋ ਜਾਵੇ ਤੇ ਫਿਰ ਉਹ ਬਹੁਤ ਮਸਲਾ ਹੋ ਜਾਂਦਾ ਬਿਲਕੁਲ ਮਸਲਾ ਹੋ ਜਾਂਦਾ ਬਿਲਕੁਲ ਚੁਕਤਾਈ ਸਭ ਕੀ ਪੋਟੈਂਸ਼ੀਅਲ ਹੈਗਾ ਹੈ ਟੂਰਿਜ਼ਮ ਦਾ ਪਾਕਿਸਤਾਨ ਦੇ ਵਿੱਚ ਤੇ ਅਸੀਂ ਆਪਣੀ ਨੌਜਵ ਫੋਰਸ ਕਰੀਏ ਮਾਈਲ ਕਰੀਏ ਕਨਵਿੰਸ ਕਰੀਏ ਕਿ ਸਿਆਹਤ ਵੱਲ ਤੁਸੀਂ ਆਓ ਦੁਨੀਆ ਦਾ ਜਿਹੜਾ ਨੰਬਰ 1 ਬਿਜ਼ਨਸ ਹੈ ਨਾ ਉਹ ਟੂਰਿਜ਼ਮ ਹੈ ਬਿਲਕੁਲ ਇਹ ਸੰਨਤ ਦਾ ਵੀ ਹਾਸਲ ਹੈ ਔਰ ਤੁਸੀਂ ਇਹ ਦੇਖੋ ਕਿ ਇਹ ਇੱਕ ਮਦਰਸ ਪ੍ਰੋਫੈਸ਼ਨ ਹੈ ਜਾਂ ਉਹਦੀ ਇਹ ਵਜ੍ਹਾ ਕਿ ਜਦੋਂ ਤੁਹਾਡਾ ਟੂਰਿਜ਼ਮ ਚੱਲਦਾ ਹੈ ਤੇ ਤੁਹਾਡੇ ਟਰਾਂਸਪੋਰਟ ਚੱਲ ਪੈਂਦਾ ਹੈ ਤੁਹਾਡੇ ਹੋਟਲ ਚੱਲ ਪੈਂਦਾ ਹੈ ਤੁਹਾਡੇ ਫੂਡ ਇੰਡਸਟਰੀ ਚੱਲ ਪੈਂਦੀ ਹੈ ਉਹਦੇ ਇਲਾਵਾ ਬਹੁਤ ਸਾਰੇ ਹੋਰ ਵੀ ਜਿਹੜੇ ਜਿਹੜੇ ਨੇ ਜਿਹੜੇ ਬਹੁਤ ਸਾਰੇ ਜਨ ਕੇ ਜਿਹੜੇ ਛੋਬੇ ਜਾਣ ਨੇ ਉਹ ਵੀ ਚੱਲ ਪੰਨੇ ਉਸ ਤੇ ਟੂਰਿਸਟ ਕੋਈ ਚੀਜ਼ਾਂ ਖਰੀਦਣ ਕੇ ਕੋਈ ਗਿਫਟ ਖਰੀਦਣ ਕੇ ਆਪਣੇ ਦੋਸਤਾਂ ਤੇ ਕੋਈ ਕੱਪੜੇ ਖਰੀਦਣ ਕੇ ਤੇ ਉਸ ਦੇਕੇ ਨਾਲ ਬਹੁਤ ਜ਼ਿਆਦਾ ਟੂਰਿਜ਼ਮ ਹੁੰਦਾ ਉਹ ਪਾਕਿਸਤਾਨ ਦੇ ਵਿੱਚ ਤੇ ਬਹੁਤ ਜ਼ਿਆਦਾ ਸਕੋਪ ਹੈ ਸਾਡੇ ਜਿਹੜੇ ਨਦਰਨ ਏਰੀਆ ਨੇ ਬੜੇ ਖੂਬਸੂਰਤ ਨੇ بلندਵਾਲਾ ਪਹਾੜ ਨੇ ਬਰਪੋਈ ਚੋਟੀਆਂ ਨੇ ਖੂਬਸੂਰਤ ਵਾਦੀਆਂ ਨੇ ਸਰਤਾ ਮੁ르ਤਫਾ ਔਰ ਪੋਟੋਹਾਰੇ ਉਸ ਦੇ ਬਾਅਦ ਵਸੀਓ ਚਟੇਲ ਮੈਦਾਨ ਨੇ ਲਹਿ ਲਾਤੇ ਹੋਏ ਖੇਤ ਨੇ ਫਿਰ ਉਸ ਦੇ ਬਾਅਦ ਤੁਸੀਂ ਦੇਖੋ ਕਿ ਗੁੰਗੁਨਾਤੇ ਹੋਏ ਨਦੀ ਨਾਲੇ ਦਰਿਆ ਉਠਾਠੇ ਮਾਰਦੇ ਸਮੁੰਦਰ ਉਹਦੇ علاوہ ਅੱਲਾਹ ਤਾਲਾ ਨੇ ਕੁਝ ਖਾਸ ਨੇਮ ਤੇ ਬਲੇਸਿੰਗਸ ਦਿੱਤੀਆਂ ਨੇ K2 ਦੁਨੀਆ ਦਾ ਦੂਸਰਾ ਬਲੰਤਰੀਨ ਪਹਾੜ ਮੌਜੂਦ ਹੈ ਤੇ ਇਹਨਾਂ ਚੋਂ 6 ਬਲੰਤਰੀਨ ਪਹਾੜ ਪਾਕਿਸਤਾਨ ਵਿੱਚ ਮੌਜੂਦ ਨੇ ਨਾਰਥ ਪੋਲਰ ਸੌਥ ਪੋਲ ਦੇ ਬਾਅਦ ਸਭ ਤੋਂ ਜ਼ਿਆਦਾ ਗਲੇਸ਼ੀਅਰ ਪਾਕਿਸਤਾਨ ਵਿੱਚ ਨੇ ਉਹ ਬਾਤ ਤੁਸੀਂ ਦੇਖੋ ਸਾਡਾ ਜਿਹੜਾ ਖੰਜਰਾਬ ਟੋਪੇ ਉਹ 16000 ਫੁੱਟ ਦੀ ਬਣਦੇ ਤੇ ਉਹ ਦੈਟ ਇਜ਼ ਕਾਲਡ ਰੂਫ ਆਫ ਦੀ ਵਰਲਡ ਉਸ ਸੇ ਅੰਗਨੇ ਇਸ ਦੁਨੀਆ ਦਾ 8ਵਾਂ ਜੂਬਾ ਕਰਾੜ ਦਿੰਦਾ ਸਾਡਾ ਜਿਹੜਾ ਮੈਂ ਕਿਉਂਕਿ ਦੋ ਦਫਾ ਚੀਨ ਗਿਆ ਬਾਈ ਰੋਡ ਇਹ ਜਿਹਨੂੰ ਸ਼ਾਰੇ ਕਲਾ ਕਰਮ ਕਹਿੰਨੇ ਨੇ ਇਹ ਸਿਲਕ ਰੂਰ ਕਹਿੰਦਾ ਹੈ ਸਿਲਕ ਰੂਟਾਂ ਜਿਸਨ ਇੱਕ ਮੈਂ ਮਿਸਾਲ ਦੇ ਨਾਲ ਖਿਆਲਕੋੜੀ ਚ ਸਪੋਰਟ ਦੀ ਗੁਰਦਵੰਦੀਆਂ ਨੇ ਸਿਲਕ ਜਿਹੜਾ ਨਾ ਇੱਕ ਡੋਮੈਸਟਿਕ ਇੰਡਸਟਰੀ ਹਾਰ ਕਰਦੀ ਸਿਲਕ ਬੰਦ ਹੈ ਉਹਦੀ ਕੀਮਤ ਇੰਨੀ ਘੱਟ ਨੇ ਕਿ ਜਿਸਨ ਸਾਡੇ ਸੇ ਕਾਟਨ ਦੇ ਥਾਨ ਮਿਲਦੇ ਨੇ ਫਰਜ਼ ਕਰ ਲਿਓ ਕਿ ਇਹ ਸਕੀਮ ਬਦ ਤੇ ਸਾਨੂੰ ਇੱਥੋਂ ਵੀ ਸਸਤਾ ਸਿਲਕ ਮਿਲਦਾ ਔਰ ਇਹ ਸਦਿਆਂ ਤੋਂ ਉਹੜੇ ਬੜੀ ਹੈਰਾਨ ਕਰਨ ਵਾਲੀ ਗੱਲ ਏ ਕਿ 17 ਤੋਲਾਂ ਦਾ ਫੁਰਦੀ ਬਲੰਤੀ ਦੇ ਟਰਾਂਸਪੋਰਟ ਤੇ ਲੋਕ ਆ ਜਾ ਰਹੇ ਨੇ ਔਰ ਜਿਸ ਤਰ੍ਹਾਂ ਅੰਗਰੇਜ਼ تجارت ਵਾਸਤੇ ਆਉਂਦੇ ਸਨ ਨਾ ਇਸ ਤਰ੍ਹਾਂ ਸਭ ਤੋਂ ਵੱਡਾ ਰਸਤਾ ਨਾ ਸਿਰਫ ਏਸ਼ੀਆ ਔਰ ਯੂਰਪ ਦਾ ਬਲਕਿ ਬੜੀ ਦੂਰ ਤੱਕ ਇਹ ਚੱਲ ਜਾਂਦਾ ਸਾਡੇ ਗਰਮ ਮਸਾਲੇ ਅਗਰ ਚਾਈਨਾ ਜਾਂਦੇ ਨੇ ਤੇ ਚਾਈਨਾ ਦੀ ਬਹੁਤ ਸਾਰੀ ਕੋਟ ਐਕਸਪੋਰਟ ਦਾ ਕੰਮ ਬਿਜ਼ਨਸ ਬਹੁਤ ਜ਼ਿਆਦਾ ਜ਼ਬਰਦਸਤ ਚੱਲ ਰਿਹਾ ਸੈਕਟਰ ਸਭ ਐਈ ਸਵਾਲ ਤੁਹਾਡੇ ਨਾਲ ਕਰਾਂਗਾ ਪਹਿਲੇ ਪੁੱਛਾਂਗਾ ਕਿ ਪੰਜਾਬ ਦੇ ਵਿੱਚ ਕੌਣ ਕੌਣ ਸੇ ਲਾ ਕੇ ਕਿਹੜੇ ਕਿਹੜੇ ਇਲਾਕੇ ਆ ਗਏ ਨੇ ਜਿਹੜਾ ਐਕਸਪਲੋਰ ਕਰਨੇ ਚਾਹੀਦੇ ਨੇ ਤੇ ਯੂਥ ਆ ਤੁਹਾਡਾ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਹੈਗਾ ਯੂਥ ਇਨੀਸ਼ੀਏਟਿਵ ਤੁਸੀਂ ਲੈ ਰਹੇ ਹੋ ਤੇ ਇਹਨੂੰ ਕਿਵੇਂ ਪ੍ਰਮੋਟ ਕਰਿਓ ਮੀਡੀਆ ਦਾ ਸਾਰਾ ਲੈ ਰਹੇ ਹੋ ਜਾਂ ਆਪਣੇ ਪਲੇਟਫਾਰਮ ਦੇ ਜ਼ਰੀਏ ਇਹਨੂੰ ਪ੍ਰਮੋਟ ਕਰਿਓ ਕਿ ਯੂਥ ਨੂੰ ਕਨਵਿੰਸ ਕੀਤਾ ਜਾਏ ਕਿ ਤੁਸੀਂ ਟੂਰਿਜ਼ਮ ਆਓ ਪਾਕਿਸਤਾਨ ਦੇ ਵੈਸਟ ਟੂਰਿਜ਼ਮ ਨੂੰ ਐਕਸਪਲੋਰ ਕਰੋ ਤੇ ਪਾਕਿਸਤਾਨ ਦੇ ਬਾਾਰ ਵੀ ਕਰੋ ਅਗਰ ਤੁਸੀਂ ਪੰਜਾਬ ਨੂੰ ਵੇਖੋ ਨਾ ਸਾਡਾ ਜਿਹੜਾ ਟੂਰਿਜ਼ਮ ਪੂਰਾ ਸਾਲ ਹੈ ਨਾ ਉਹ ਦੋ ਹਿੱਸਿਆਂ 'ਚ ਤਕਸੀਮ ਅਸੀਂ ਕਰ ਲੈਨੇ ਇੱਕ ਹੈਗਾ ਸਾਡਾ ਸਮਰ ਟੂਰਿਜ਼ਮ ਇੱਕ ਹੈਗਾ ਸਾਡਾ ਵਿంటర్ ਟੂਰਿਜ਼ਮ ਟੂਰਿਜ਼ਮ ਜੀ ਜਨਰਲੀ ਚੁਕੇ ਨਾਰਥ ਵੱਲ ਸਾਰਿਆਂ ਦਾ ਰੁਖ ਹੁੰਦਾ ਹੈ ਅਸੀਂ ਉਥੇ ਠੰਡਾ ਮੌਸਮ ਮੌਸਮ ਵੀ ਇੰਜੋਏ ਕਰਨਾ ਹੁੰਦਾ ਹੈ ਸਾਡੇ ਕੋਲ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਮਰੀ ਸਾਡਾ ਮੇਨ ਪ੍ਰਾਈਮ ਜਗਾ ਮਲਕਾ ਕੋਸਾਰ ਉਥੇ ਲੋਕੀ ਜਾਂਦੇ ਨੇ ਕੋਟਲੀ ਸਤੀਆਂ ਉਹਦੇ ਨਾਲ ਹੀ ਹੈ ਜਿਹੜਾ ਹੁਣ ਪਹਿਲਾਂ ਡਿਵੈਲਪ ਨਹੀਂ ਹੋਇਆ ਉਹ ਅਸੀਂ ਉਹਨੂੰ ਡਿਵੈਲਪ ਕਰ ਰਹੇ ਹਾਂ ਤਾਂ ਕਿ ਸਾਰਾ ਲੋਡ ਜਿਹੜਾ ਮਰੀ ਤੇ ਆ ਰਿਹਾ ਉਹ ਥੋੜਾ ਜਿਹਾ ਡਾਇਵਰਟ ਹੋਵੇ ਇਹ ਕੋਟਲੀ ਸਤਿਆ ਉਹ ਵੀ ਬੜਾ ਫਰਸਟ ਕਲਾਸ ਬਹੁਤ ਖੂਬਸੂਰਤ ਜਗ੍ਹਾ ਹੈ ਅਸੇ ਅਜਿਹਾ ਬਹੁਤ ਕਮ ਲੋਕਾਂ ਨੇ ਸੁਣੀ ਹੋਈ ਹੈ ਤੱਕਸਪਲੋਰ ਕੋਟਲੀ ਸਤਿਆ ਦੇ ਇਲਾਵਾ ਤੁਸੀਂ ਚਕਵਾਲ ਡਿਸਟ੍ਰਿਕਟ ਦੀ ਗੱਲ ਕਰੋ ਤਾਂ ਚਕਵਾਲ ਡਿਸਟ੍ਰਿਕਟ ਦੇ ਵਿੱਚ ਵੀ ਚੈਲਬਦਾਲ ਮੌਜੂਦ ਹੈ ਚੈਲਬਦਾਲ ਮਰੀ ਦੇ ਬਾਅਦ ਹਾਈਐਸਟ ਪੁਆਇੰਟ ਹੈ ਅ ਮੈਂ ਵੈਸੇ ਪਹਿਲੀ ਵਾਰ ਮੈਂ ਵੀ ਖੁਦ ਪਹਿਲੀ ਵਾਰ ਚਵਾ ਸੈਦਨ ਸ਼ਾਹ ਤੋਂ ਤੁਸੀਂ ਅਗੇ ਨਿਕਲੋ ਖਿਓੜਾ ਵਾਲ ਤੇ ਤੁਹਾਨੂੰ ਰਸਤੇ 'ਚ ਤੁਹਾਨੂੰ ਬੜਾ ਬਹੁਤ ਖੂਬਸੂਰਤ ਜਗ੍ਹਾ ਹੈ ਮੈਂ ਕਿਉਂਕਿ ਫੋਰਚੂਨੇਟਲੀ ਸਰਵ ਕੀਤਾ ਐਸ ਡੀਸੀ ਚਕਵਾਲ ਤੇ ਮੈਨੂੰ ਅੰਦਾਜ਼ਾ ਹੈ ਨਾ ਸਾਰੇ अच्छा लेक डिस्ट्रिक्ट ਆ ਪੰਜਾਬ ਦਾ ਅਸੀਂ ਹੁਣ ਇਨਸ਼ਾਅੱਲਾ ਉਹਨੂੰ ਬ੍ਰਾਂਡ ਕਰ ਰਹੇ ਆ ਧਰਾਬੀ ਓਪਨ ਹੋ ਗਿਆ ਹੈ ਹਾਲੇ ਪਿਛਲੇ ਦਿਨੋਂ ਧਰਾਬੀ ਫੈਸਟੀਵਲ ਹੋਇਆ ਬੜਾ ਟੀਡੀਸੀਪੀ ਨੇ ਕਰਾਇਆ ਜਿੱਥੇ ਵਾਟਰ ਸਪੋਰਟਸ ਜਿੱਥੇ ਜੋ ਜੋ ਪਾਣੀ ਦੇ ਰਿਲੇਟਡ ਐਕਟੀਵਿਟੀਜ਼ ਹੈ ਉੱਥੇ ਕਰ ਸਕਦੇ ਨੇ ਫੈਮਿਲੀਜ਼ ਇੰਜੋਏ ਕਰ ਸਕਦੇ ਉੱਥੇ ਨੇ ਸਾਡਾ ਟੀਡੀਸੀਪੀ ਉੱਥੇ ਫਾਈਨਲ ਹੋ ਰਿਹਾ 12 12 ਰੂਮਸ ਵਾਲਾ ਤੇ ਇਨਸ਼ਾਅੱਲਾ ਤੀ ਦੋ ਤਿੰਨ ਮਹੀਨੇ ਚੋਂ ਆਪਰੇਸ਼ਨਲ ਹੋ ਜਾਏਗਾ ਉਹਦੇ ਇਲਾਵਾ ਜਿੰਨੀਆਂ ਜੀਹਲਾਂ ਨੇ ਅਸੀਂ ਉਹਦੇ ਵਿੱਚ 5-7 ਵੱਡੀਆਂ ਜੜੀਆਂ ਜੀਹਲਾਂ ਨੇ ਉਹਨਾਂ ਨੂੰ ਓਪਨ ਕਰ ਰਹੇ ਆ ਓਪਨ ਕਰਨ ਦਾ ਮਤਲਬ ਹੈ ਗਲੈਂਪਿੰਗ ਬੋਰ ਕੋਈ ਫੈਸਿਲਿਟੀ ਹੋਵੇ ਨਾ Banda jaye ਉੱਥੇ ਤੇ ਕੋਈ ਬਹਿ ਸਕੇ ਇੰਜੋਏ ਕਰ ਸਕੇ ਕਿਸੇ ਨੇ ਕੋਈ ਫਿਸ਼ਿੰਗ ਕਰਨੀ ਹੈ ਤੇ ਉਹਦੇ ਆਸਤੇ ਉਹ ਕੋਈ ਰੌਡ ਉੱਥੇ ਲੋਕਲੀ ਅਵੇਲੇਬਲ ਹੋ ਜਾਏ ਕੋਈ ਬੋਟਿੰਗ ਕਰਨੀ ਹੈ ਉਹ ਵੇ ਮੇਬੀ ਯੂ نو ਵਾਲੇ ਥੋੜਾ ਅਗੇ ਅਸੀਂ ਡਿਸਕਸ ਕਰਾਂਗੇ ਸਹੀ ਹੈ ਵੀ ਸੋਚ ਰਹੇ ਕਿ ਬੋਟ ਹਾਊਸ ਵੀ ਅਸੀਂ ਉੱਥੇ ਰੱਖੀਏ ਕਿ ਤੁਸੀਂ ਹਾਲਤ ਇਹ ਕਰ ਅਸੀਂ ਨਾ ਝੀਲਾਂ ਦੇ ਕਿਨਾਰੇ ਤੇ ਰਹਿਨੇ ਆ ਹਮ ਹਮ ਤੇ ਕਿਉਂ ਨਹੀਂ ਝੀਲ ਦੇ ਅੰਦਰ ਵੀ ਅਸੀਂ ਬਿਲਕੁਲ ਕਿਨਾਰੇ ਤੇ ਬੈਠ ਕੇ ਚਾਹ ਪੀ ਕੇ ਜੁਆਇ ਕਰਦੇ ਹਾਂ ਸੋਲਰ ਪਾਵਰ ਝੀਲਾ ਜਿਹੜੇ ਬੋਟ ਹਾਊਸ ਜਿਹੜੇ ਨੇ ਨਾ ਉਹ ਹੁਣ ਅਵੇਲੇਬਲ ਹੋ ਰਹੇ ਨੇ ਪਾਕਿਸਤਾਨ ਦੇ ਵਿੱਚ ਲੋਕਲ ਮੈਨੂਫੈਕਚਰਿੰਗ ਵੀ ਹੋ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਹਰੋਂ ਨਾ ਲਿਆਈਏ ਇੱਥੇ ਹੀ ਕੋਸ਼ਿਸ਼ ਕਰੀਏ ਕਿ ਇੱਥੇ ਬਣਾਈਏ ਆਪਣੇ ਤੇ ਉਹਨਾਂ ਨੂੰ ਅਸੀਂ ਇਸਤੇਮਾਲ ਕਰੀਏ ਲੋਕਾਸਤੇ ਪਾਕਿਸਤਾਨ ਦੇ ਅੰਦਰ ਹੀ ਮੈਨੂਫੈਕਚਰਿੰਗ ਚੱਲ ਰਹੀ ਹੈ ਮਤਲਬ ਤੁਸੀਂ ਬਰਥਡੇ ਕਰਨੀ ਹੈ ਹੁਣ ਤੁਸੀਂ ਹੋਟਲਾਂ ਨੂੰ ਲੱਭਦੇ ਹੋ ਬਈ ਕਿਉਂ ਨੇਚਰ ਦੇ ਕੋਲ ਜਾਓ ਨਾ ਥੀਮ ਹੀ ਸਾਡਾ ਹੈ ਵੇ ਗ੍ਰੀਨ ਗ੍ਰੀ ਅਸੀਂ ਬੋਟ ਪ੍ਰੋਵਾਈਡ ਕਰਾਂਗੇ ਨੇਚਰਲੀ ਕੋ ਥੋੜੇ ਨੇ ਬਹੁਤ ਜ਼ਬਰਦਸਤ ਹੋਊਗਾ ਡਰੋਨ ਫੁਟੇਜ ਤੁਸੀਂ ਲਓ ਤਾਂ ਕਿੰਨਾ ਜ਼ਬਰਦਸਤ ਇਨਸ਼ਾਅੱਲਾ ਬੜੀ ਜਲਦੀ ਇਨਸ਼ਾਅੱਲਾ ਤੁਸੀਂ ਵੇਖੋਗੇ ਚਕਵਾਲ ਸਾਨੂੰ ਬਹੁਤ ਵੱਡਾ ਨਜ਼ਰ ਆਏਗਾ ਇਹ ਤੇ ਨਾਰਥਰਨ ਟੂਰਿਜ਼ਮ ਤੁਹਾਡਾ ਹੈ ਵੇ ਸਾਊਥ ਦਾ ਜਿਹੜਾ ਟੂਰਿਜ਼ਮ ਹੈ ਨਾ ਤੁਹਾਡਾ ਉਹ ਸਰਦੀਆਂ ਵਾਲਾ ਟੂਰਿਜ਼ਮ ਉਹ ਸਾਊਥ ਵਾਲਾ ਹੈ ਤੇ ਸ਼ਹਿਰ ਵਾਲਾ ਹੈ ਹਮ ਹਮ ਉਹ ਸਾਡੇ ਸ਼ਹਿਰ ਜਿਹੜੇ ਲਿਵਿੰਗ ਸਿਟੀਜ਼ ਨੇ ਲਾਹੌਰ ਤੋਂ ਬਾਹਰ ਨਿਕਲੀਏ ਤੇ ਮਲਤਾਨ ਸਾਡਾ ਜਿਹੜਾ 올ਡੈਸਟ ਵਨ ਸੈਕੰਡ 올ਡੈਸਟ ਲਿਵਿੰਗ ਸਿਟੀ ਹੈ ਮੁਸਲਸਲ ਲੋਕੀ ਉਥੇ ਰਹਿ ਰਹੇ ਨੇ ਉਹਨ ਗਵਰਨਮੈਂਟ ਲਾਂਚ ਕਰ ਰਹੀ ਹੈ ਉਹ ਚੁਕੇ ਉਹ ਰਿਵਾਈਵ ਕਰ ਰਹੀ ਹੈ ਰਿਵਾਈਵ ਕਰ ਰਹੀ ਹੈ ਅਕੀਲ ਨੂੰ ਰਿਵਾਈਵ ਕਰ ਰਹੀ ਹੈ ਉਹਦੇ ਬਾਅਦ ਉੱਥੇ ਸਾਡਾ ਮਿਊਜ਼ੀਅਮ ਬਿਲਕੁਲ ਕੰਪਲੀਟ ਹੋ ਗਿਆ ਮਲਤਾਨ ਸ਼ਹਿਰ ਚ ਮਿਊਜ਼ੀਅਮ ਹੀ ਕੋਈ ਨਹੀਂ ਸੀ ਅੱਛਾ ਹੁਣ ਅਸੀਂ ਸੋ ਮੱਚ ਹੋ ਗਿਆ ਜੀ ਛੋਟੇ ਛੋਟੇ ਸ਼ਹਿਰਾਂ ਚ ਹਾਫਜ਼ਾਬਾਦ ਜੀ ਸਾਡਾ ਇੱਕ ਮਿਊਜ਼ੀਅਮ ਬਣਦਾ ਪਿਆ ਵੇ ਵੀ ਵੁੱਡ ਵਾਂਟਿਡ ਕਿ ਲੋਕਾਂ ਨੂੰ ਨਾ ਘਰ ਦੇ ਵਿੱਚ ਵੀ ਪਤਾ ਲੱਗੇ ਤੇ ਹੁਣ ਸਾਡੇ ਦੋ ਵੱਡੇ ਇਵੈਂਟ ਆਂਦੇ ਨੇ ਇੱਕ ਥਲ ਆਂਦੀ ਹੈ ਥਲਜੀਪ ਰੈਲੀ ਬਹੁਤ ਮਸ਼ਹੂਰ ਹੈ ਉਹ ਸਾਡੀ ਆ ਰਹੀ ਹੈ ਲਈਆ ਡਿਸਟ੍ਰਿਕਟ ਮਲਤਾਨ ਤੋਂ ਬੜਾ ਹੀ ਨਜ਼ਦੀਕ ਹੈ ਪਾਕਿਸਤਾਨ ਤੋਂ ਬਾਹਰ ਵੀ ਲੋਕ ਇਹ ਆਂਦੇ ਨੇ ਵਿਜ਼ਿਟ ਕਰਨ ਬਿਲਕੁਲ ਆਂਦੇ ਨੇ ਉਹ ਐਡ ਕਿ ਉਹਦਾ ਰੂਟ ਲੰਮਾ ਕਰ ਰਹੇ ਆ ਥੋੜਾ ਜਿਹਾ ਹੋਰ ਵਜ਼ੀਰ ਐਕਸਟੈਂਡ ਕਰ ਰਹੇ ਆ ਦੂਜਾ ਸਾਡਾ ਫਰਵਰੀ ਚੋਲਿਸਤਾਨ ਵਾਲੀ ਹੈ ਉਹ ਵੀ ਡੈਫੀਨਿਟਲੀ ਇੱਕ ਇੰਟਰਨੈਸ਼ਨਲ ਇਵੈਂਟ ਬਣ ਗਿਆ ਹੈ ਭਾਵਲਪੁਰ ਸਿਟੀ ਇਟਸੈਲਫ ਜਿਹੜਾ ਹੈ ਉਹਦੀ ਸਿਟੀ ਟੂਰਸ ਬਸਾਂ ਸਟਾਰਟ ਕਰ ਦਿੱਤੀਆਂ ਨੇ ਉਹ ਉਹਨੇ ਯੂਸੀ ਇੰਪਰੂਵ ਕਰ ਰਹੇ ਆ ਫਰਦਾਨਾ ਇਹਨਾਂ ਕੁਝ ਸਰ ਤੁਸੀਂ ਕਹਿ ਰਹੇ ਹੋ ਲੇਕਿਨ ਮੇਰੇ ਖਿਆਲ ਹੈ ਅਵੇਰਨੈਸ ਦੀ ਬਹੁਤ ਜ਼ਰੂਰਤ ਹੈ ਕਿ ਆਵਾਮ ਨੂੰ ਪਤਾ ਹੋਵੇ ਕਿ ਬਿਲਕੁਲ ਇਨੀਸ਼ੀਏਟਿਵ ਗਵਰਨਮੈਂਟ ਲੈ ਲਈ ਹੈ ਲੇਕਿਨ ਲੋਕ ਸਮਝਦੇ ਨਹੀਂ ਸ਼ਾਇਦ ਗਵਰਨਮੈਂਟ ਕੁਝ ਨਹੀਂ ਕਰੀ ਜਿਹੜੀ ਸਾਰੀ ਚੀਜ਼ ਤੁਸੀਂ ਦੱਸਿਆ ਨੇ ਬਹੁਤ ਜ਼ਿਆਦਾ ਐਕਸਪੋਜ਼ਰ ਹੈ ਇਹਦੇ ਵਿੱਚ ਅੱਛਾ ਮੈਂ ਤੁਹਾਨੂੰ ਇੱਕ ਇੰਟਰਸਿੰਗ ਗੱਲ ਦੱਸਾਂ ਜੋ ਆਮ ਤੇ ਜ਼ਿਆਦੀ ਗੱਲ ਅਸੀਂ ਦੱਸਣਾ ਹੈ ਤੇ ਲੋਕਾਂ ਨੂੰ ਪਤਾ ਲੱਗਣਾ ਹੈ ਨਾ ਉਹਨਾਂ ਹੁਣ ਇਨਫੋਰਮੇ ਅੱਜ ਕੱਲ ਵਰਡ ਆਫ ਮਾਊਥ ਮੈਟਰ ਕਰਦਾ ਹੈ ਸਾਡੇ ਵਲੌਗਰਸ ਨੇ ਜਿਹੜੇ ਜਾਣਦੇ ਨੇ ਅਸੀਂ ਹੁਣ ਉਹਨਾਂ ਨੂੰ ਵੀ ਪ੍ਰੋਮੋਟ ਕਰ ਰਹੇ ਹਾਂ ਕਿ ਤੁਸੀਂ ਆਓ ਯਾਰ ਸਾਡੇ ਨਾਲ ਅਸੀਂ ਤੁਹਾਨੂੰ ਵਿਜ਼ਿਟ ਕਰਾਈਏ ਤੁਸੀਂ ਆਪ ਦੱਸੋ ਲੋਕਾਂ ਨੂੰ ਸਾਡੀ ਗੱਲ ਤੇ ਇਤਬਾਰ ਨਾ ਕਰੋ ਹਾਂ ਤਾਂ ਐਕਸਪਲੋਰ ਕਰੋ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਐਕਸਪਲੋਰ ਕਰੋ ਤੇ ਆਪ ਵੇਖੋ ਤੇ ਆਪ ਦੱਸੋ ਵਨ ਦੂਜਾ ਪਹਿਲਾ ਇਹ ਹੁੰਦਾ ਸੀ ਕਿ ਸਾਡੇ ਨਾਲ مختلف ਮਹਿਕਮੇ ਤੇ مختلف ਪ੍ਰਾਈਵੇਟ ادارے ਵੀ ਬਹੁਤ ਸਾਰੇ ਇਵੈਂਟ ਕਰਾ ਰਹੇ ਹੁੰਦੇ ਨੇ ਹਰ ਵੇਲੇ ਲੇਕਿਨ ਸਾਨੂੰ ਪਤਾ ਹੀ ਨਹੀਂ ਹੁੰਦਾ ਇਵਨ ਲਾਹੌਰ ਦੇ ਰਹਿਣ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸ਼ਾਮ ਨੂੰ ਅੱਜ ਕਿੱਥੇ ਕਿੱਥੇ ਕਿਹੜਾ ਇਵੈਂਟ ਹੋ ਰਿਹਾ ਐਗਜ਼ੈਕਟਲੀ ਬਿਲਕੁਲ ਅਸੀਂ ਇਹ ਚਾਹਨੇ ਆ ਅਸੀਂ ਇੱਕ ਪੋਰਟਲ ਬਣਾ ਲਈ ਹੈ ਅਸੀਂ ਹੁ ਡਿਜੀਟਲੀ ਕਨੈਕਟ ਕਰ ਰਹੇ ਹਾਂ ਨਾ ਸਾਰੇ ਉਹਦੇ ਵਿੱਚ ਸਾਰੇ ਇਵੈਂਟਸ ਆਜਨ ਤੇ ਤੁਹਾਡੇ ਕੋਲ ਮੋਬਾਈਲ ਐਪ ਜਿਹੜੀ ਸਾਡੀ ਟੂਰਿਜ਼ਮ ਐਪ ਸੀ ਉਹਨੂੰ ਰੀਐਸ਼ ਕਰ ਰਹੇ ਆ अच्छा के तुसी देखना ਹੈ ਨਾ ਕਿ ਜੀ ਅੱਜ ਮੈਂ ਰਾਤੀ ਕੀ ਕਰ ਸਕਦਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਯਾਰ ਇਹ ਪਬਲਿਕ ਇਵੈਂਟ ਹੋ ਰਿਹਾ ਹੈ ਇੱਥੇ ਕੋਈ ਟਿਕਟ ਨਹੀਂ ਹੈ ਇਹ ਪ੍ਰਾਈਵੇਟ ਇਵੈਂਟ ਹੋ ਰਿਹਾ ਹੈ ਇੱਥੇ ਐਟ ਫਲਾਣੀ ਜਗ੍ਹਾ ਤੋਂ ਟਿਕਟ ਐਨੇ ਦੀ ਲੈ ਸਕਦੇ ਹੋ ਇੱਥੇ ਗੱਡੀ ਦੀ ਪਾਰਕਿੰਗ ਦੀ ਮੌਜੂਦ ਹੈ ਕਿ ਨਹੀਂ ਹੈ ਇੱਥੇ ਖਾਣ ਪੀਣ ਦਾ ਕੀ ਬੰਦੋਬਸਤ ਹੋਏਗਾ ਉੱਥੇ ਸਪੈਸ਼ਲ ਬੱਚਿਆਂ ਦਾ ਜਾਂ 휠ਚੇਅਰ ਐਕਸੈਸ ਹੋਏਗੀ ਕਿ ਨਹੀਂ ਹੋਏਗੀ ਸੋ ਇਸ ਲੈਵਲ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਡਿਟੇਲਡ ਬਣਾਇਆ ਜਾਏ ਤੇ ਤੁਸੀਂ ਇੱਕ ਕਲਿੱਕ ਦੇ ਉੱਤੇ ਤੁਹਾਨੂੰ ਸਾਰੀ ਚੀਜ਼ਾਂ ਦਾ ਪਤਾ ਲੱਗੇ ਬਜਾਏ ਇਹ ਦੇ ਕੇ ਤੁਸੀਂ ਅਓ ਜੀ ਨੂੰ ਬਾਅਦ ਤੰਜ਼ਾਰ ਕਰੋ ਤੇ ਵੈਬਸਾਈਟ ਤੇ ਜਾਓ ਤੁਹਾਡਾ ਕੋਈ ਯਾਰ ਬੇਲੀ ਆਂਦਾ ਹੈ ਤੇ ਉਹ ਵਿਚਾਰਾ ਕੀ ਕਰਦਾ ਉਹ ਲੱਭਦਾ ਕੋਈ ਲਾਹੌਰ ਦੇ ਵਿੱਚ ਕੋਈ ਦੋਸਤ ਯਾਰ ਹੋਏ ਤੇ ਉਹ ਕਹਿੰਦਾ ਚਲ ਆ ਤੈਨੂੰ ਕੜਾਈ ਖਵਾ ਆਈਏ ਬਟ ਦੈਟਸ ਇਟ ਬਟ ਦੈਟਸ ਨਾਟ ਲਾਹੌਰ ਲਾਹੌਰ ਇਜ਼ ਸੋ ਮੱਚ ਮੋਰ ਬਿਲਕੁਲ ਬਿਲਕੁਲ ਲਾਹੌਰ ਇਜ਼ ਸੋ ਮੱਚ ਮੋਰ ਚੁਕਤਾਈ ਸਾਹਿਬ ਤੁਸੀਂ ਬਹੁਤ ਸਫਰ ਕੀਤਾ ਹੈ ਕੀ ਕੀ ਮੁਸ਼ਕਿਲਾਂ ਤੁਹਾਨੂੰ ਫੇਸ ਕਰਨੀਆਂ ਵੀ ਪਾਕਿਸਤਾਨ ਦੇ ਬਾਰੇ ਨਾਲ ਤੇ ਕੀ ਸੁਜੈਸਟ ਕਰਦੇ ਹੋ ਸੈਕਟ ਸਾਹਿਬ ਵੀ ਨਾਲ ਬੈਠੇ ਨੇ ਕਿ ਕਿਹੜੀ ਕਮੀਆਂ ਕੁਤਾਹੀਆਂ ਮੌਜੂਦ ਨੇ ਇਸ ਵਕਤ ਟੂਰਿਜ਼ਮ ਦੇ ਬਾਰੇ ਨਾਲ ਜਿਹੜੇ ਉਹਨੂੰ ਪੂਰਾ ਕੀਤਾ ਜਾਏ ਤੇ ਟੂਰਿਜ਼ਮ ਦਾ ਜਿਹੜਾ ਬਿਜ਼ਨਸ ਹੈ ਤੇ ਜਿਹੜਾ ਪੈਸ਼ਨ ਹੈ ਉਹ ਮਜ਼ਬੂਤ ਹੋ ਸਕੇ ਪੀਟੀਡੀਸੀ ਓਟीडीसीपी ਪਾਕਿਸਤਾਨ ਟੂਰਿਜ਼ਮ ਡਵੈਲਪਮੈਂਟ ਕਾਰਪੋਰੇਸ਼ਨ ਔਰ ਟੂਰਿਜ਼ਮ ਡਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਯਕੀਨ ਕਰੋ ਜਿੰਨਾ ਲਿਟਰੇਚਰ ਸਾਡੇ ਇਦਾਰਿਆਂ ਨੇ ਦਿੱਤੇ ਔਰ ਫ੍ਰੀ ਆਫ ਕੋਸ ਦਿੱਤੇ ਸ਼ਾਇਦ ਕਿਸੇ ਇਦਾਰੇ ਨੇ ਅੱਜ ਤੱਕ ਨੀਤੀ ਤਾਂ ਰੱਖੇ ਫੋਰਨ ਕੰਟਰੀਜ਼ ਨੇ ਵੀ ਕਦੇ ਨਹੀਂ ਦਿੱਤਾ ਮੇਰੀ 1997 ਇਹ ਪਹਿਲੀ ਕਿਤਾਬ ਆਈ ਸੀ ਜਾਂਗਰ ਦੇ ਉਲਟੋ ਪਹਿਲੇ ਮੈਂ ਜੋ ਟ੍ਰੈਵਲ ਕੀਤਾ ਸੀ ਸਵਰਨਾਮਈ ਸੀ ਤੇ ਲੋਕਾਂ ਨੇ ਮੈਨੂੰ ਪੁੱਛਿਆ ਤੁਸੀਂ ਜਰ ਸਸਤਾ ਸਫਰ ਕੀਤਾ ਤੇ ਕਿਸ ਤਰ੍ਹਾਂ ਕੀਤਾ ਮੈਂ ਨੇ ਮੈਂ ਨਹੀਂ ਕਿ ਮੁਲਕ ਜਿਆਦਾ ਦੇਖਣੇ ਮੈਂ پیسے ਖਰਚ ਕੇ ਕੰਮ ਕੀਤੇ ਤੇ ਉਹ ਤੋਂ ਮੈਂ ਜਾਣ ਕਰ ਦਿੱ ਲਿਆ ਕਿ ਇੱਕ ਕੰਮ ਖਰਚ ਬੰਦਾ ਸਫਰ ਕਿਸਾ ਕਰ ਸਕਦਾ ਹੈ ਦੁਨੀਆ ਦੇ 20 ممالک ਦੇ ਪਤਾ ਲਗ بتایا ਜਿਹਦੇ ਵਿੱਚ ਪਾਕਿਸਤਾਨ ਵੀ ਸ਼ਾਮਿਲ ਹੈ ਕਿ ਕਾਬਲ ਦੀ ਜਗਾਹ ਕਿਹੜੀਆਂ ਨੇ ਐਵਰੇਜ ਬਾਰਿਸ਼ ਕਿੰਨੀ ਹੁੰਦੀ ਹੈ ਐਵਰੇਜ ਟੈਂਪਰੇਚਰ ਕਿੰਨੀ ਹੁੰਦੀ ਹੈ ਉਹ ਫਿਰ ਖਾਸ ਤੌਰ ਤੇ ਬਹੁਤ ساری ਚੀਜ਼ਾਂ ਕਿ ਵੀਜ਼ਾ ਲੈਂਦਾ ਕਿਹੜੇ ਤਰੀਕੇ ਕਿਉਂਕਿ ਜਦ ਮੈਂ ਜਦੋਂ ਬਹੁਤ ਸਾਰੀ ਕੰਟਰੀਜ਼ ਗਿਆ ਮੇਰੀ ਪੂਰੀ ਚੇਨ ਮੁਕੰਮਲ ਸੀ ਪਾਕਿਸਤਾਨ ਤੋਂ ਇੰਗਲੈਂਡ ਤੱਕ ਜਦ ਇੰਗਲੈਂਡ ਪਹੁੰਚੇ ਫਿਰ ਮੈਂ ਸੈਕੰਡਰੀ ਨੇਵੀਗਲ ਕੰਟਰੀ ਦੇ ਵੀਜ਼ੇ ਲਏ ਤੇ ਉਹਦਾ ਫਾਇਦਾ ਪਹੁੰਚਿਆ ਕਿ ਜਾਂਗਰਦੀ ਨੂੰ ਲੋਕਾਂ ਦਾ ਬੜਾ ਐਪਰੀਸ਼ੀਏਸ਼ਨ ਮਿਲੀ ਔਰ ਗਵਰਨਮੈਂਟ ਆਫ ਪੰਜਾਬ ਤੋਂ ਅਵਾਰਡ ਮਿਲਿਆ ਵਨ ਆਫ ਦੀ ਬੈਸਟ ਬੁੱਕ ਥੀ 1997 ਔਰ 1999 ਇਸ ਕਮਰਨ ਤੇ ਮੈਂ ਖਾਸ ਤੌਰ ਤੇ ਨਾਮ ਲਾਂਗਾ ਉਹ ਗਵਰਨਰ ਸਬਦਰ ਸਾਹਿਬ ਸਾਹ ਜਿਹਨੂੰ ਮੈਨੂੰ ਅਵਾਰਡ ਮਿਲਿਆ ਜਿਸ ਵਕਤ 30000 ਤੋਂ ਜ਼ਿਆਦਾ ਨਹੀਂ ਮੈਂ ਸਮਝਦਾ ਕਿ ਸਾਡੀ ਈਦਾਰੇ ਬਿਹਤਰੀਨ ਕੰਮ ਕਰ ਰਹੇ ਨੇ ਇੱਕ ਥੋੜਾ ਜਿਹਾ ਇੱਕ ਹੈ ਕਮਿਊਨੀਕੇਸ਼ਨ ਗੈਪ ਜਦੋਂ ਮੈਂ ਸਟੂਡੈਂਟਸ ਆ ਵਾਰਿਸ ਡਰਾਮਾ ਲੱਗਦਾ ਸੀ ਤੇ ਸਾਰਾ ਲਾਹੌਰ ਖਾਲੀ ਹੋ ਜਾਂਦਾ ਸੀ ਐਸਾ ਚੱਕ ਕੋਲ ਨਾ ਹੁੰਦਾ ਸੀ ਅਲਫ ਨੂੰਨ ਲੱਗਦਾ ਸੀ ਰੇਡੀਓ ਪਾਕਿਸਤਾਨ ਦੇ ਹਫਤੇ ਬਾਅਦ ਇੱਕ ਡਰਾਮਾ ਲੱਗਦਾ ਸੀ ਤੇ ਪੂਰੇ ਹਫਤੇ ਇੰਤਜ਼ਾਰ ਹੁੰਦਾ ਸੀ ਯਾਰ ਰੇਡੀਓ ਪਾਕਿਸਤਾਨ ਅਸੀਂ ਡਰਾਮਾ ਦੇਖਦੇ ਸਾਰਾ ਸਾਰਾ ਜਿਹੜਾ ਮਜਮਾ ਟੀਵੀ ਦੇ ਅੱਗੇ ਬੈਠਾ ਉਹ ਬਾਤ ਉਸੇ ਨੂੰ ਸੰਡੇ ਵਾਲੇ ਦਿਨ ਹੁੰਦਾ ਸੀ ਪ੍ਰਾਈਮ ਟਾਈਮ ਜਿਹੜਾ 7 ਵਜੇ ਤੋਂ ਲੈ ਕੇ 11 ਵਜੇ ਤੱਕ ਹੈ। ਐਹੀ ਟਾਈਮ ਉੱਤੇ ਕਰ ਮੁਸਬਤ ਚੀਜ਼ ਵਾਸਤੇ ਦਈਏ, ਅਵੇਅਰਨੈਸ ਵਾਸਤੇ ਦਈਏ। ਸਾਡੇ ਇਨਫੋਰਮੇਸ਼ਨ ਸੈਕਰੀਟਰੀ ਸਾਹਮਣੇ ਬੜੀ ਚੰਗੀ ਗੱਲ ਕੀਤੀ ਹੈ। ਪਿਛਲੇ ਹਵਾਲੇ ਨਾਲ ਵੀ 2005 ਹੀ ਮੈਂ ਕੰਪੇਅਰਿੰਗ ਕੀਤੀ ਸੀ ਜੀਪ ਦੇ ਪਹਿਲੇ ਡੈਦਰ ਡੇਲੀਸ। ਜੀਪ ਪੀਟੀਡੀਸੀ ਟीडीसीपी ਨੇ ਕਰਾਈ ਸੀ ਬਹਾਲਪੁਰ ਦੇ ਵਿੱਚ। ਕਿਲਾ ਡਰਾਵਰ। ਤੇ ਉਹਦੇ ਬਾਅਦ ਜਿਹੜਾ ਨਾ ਸਾਡੇ ਇੱਕ ਅਜਿਹਾ ਹੈ ਗਿਆ ਪਿਆ ਨਾ ਇਹ ਦੂਰ ਕਰਨ ਦੀ ਜ਼ਰੂਰਤ ਹੈ। ਨੰਬਰ 2 ਇੰਮ ਸਾਡੇ ਨਾਲ ਪਹਿਲੇ ਬੁਆਇਸਕਾਟ ਗਰਲ ਗਾਈਡਾਂ ਹੁੰਦੇ ਸਰ ਐਨ ਸੀ 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 ਮੈਂ ਬੁਆਇਸਕਾਟ ਵੀ ਨਹੀਂ ਹਾਂ ਜਿਸ ਤਰ੍ਹਾਂ ਦੱਸਿਆ ਮੇਰੀ ਸਿਸਟਰਸ ਵਗੈਰਾ ਗਰਲ ਗਾਈਡ ਜਿਹਨੇ ਨੈਸ਼ਨਲ ਕੈਡਟ ਕੋਪਸ ਹੁੰਦੀ 2 ਸਾਲ ਦੀ ਮਿਲਟਰੀ ਟ੍ਰੇਨਿੰਗ ਉਹਦੇ ਜਨਤਿ ਮੈਂ ਬਰੀਡਿੰਗ ਗਨ ਚਲਾਣਾ ਲਾਈਟ ਮਸ਼ੀਨਾਂ ਕੰਚਲਾਣਾ ਕੈਮੋਫਲੇਜ ਐਂਡ ਕੰਸੀਲਮੈਂਟ ਔਰ ਉਹਦੇ ਬਾਅਦ ਕਰਾਲਿੰਗ ਕਰਨਾ ਕਿ ਜੇ ਦੁਸ਼ਮਣ ਦੇ ਇਲਾਕੇ ਚੋਂ ਤੇ ਤੁਸੀਂ ਸੇਫ ਜਗ੍ਹਾ ਤੇ ਕਿਸ ਤਰ੍ਹਾਂ ਪਹੁੰਚਣਾ ਸਾਡੇ ਅਗਰ ਬੁਆਇਸਕਾਟ ਬਣਨਾ ਚਾਹਣ ਤੇ ਕੈਰੀਅਰ ਕਾਉਂਸਲਿੰਗ ਦੇ ਹਵਾਲੇ ਨਾਲ ਇੱਕ ਬਹੁਤ بڑا ਐਜ ਮਿਲ ਜਾਂਦਾ ਹੈ ਕਿ ਉਹ ਅچھے ਟੂਰ ਗਾਈਡ ਬਣ ਸਕਦੇ ਨੇ ਟੂਰ ਅچھے ਟੂਰ ਆਪਰੇਟਰ ਬਣ ਜਾਂਦੇ ਨੇ ਮੈਂ ਜਿਸ ادارے ਨਾਲ ਮੂਥਲੀ ਕਾ ਉਹ 1995 ਤੋਂ ਕੰਮ ਕਰ ਰਹੇ ਨੇ ਸਾਡੇ ਮੁਹੰਮਦ ਜਮੀਲ ਦਾ ਸਭ ਲੇਜੈਂਡ ਨੇ ਉਹਨਾਂ ਕੋਲ ਇੰਨੀ ਜਿਆਦਾ ਇਨਫੋਰਮੇਸ਼ਨ ਕਿ ਬਹੁਤ ਘੱਟ ਟੀਡੀਸੀ ਪਰ ਪੀਡੀਟੀ ਵੀ ਉਹਨਾਂ ਕੋਲ ਪੁੱਛਦੇ ਨੇ ਕਿ ਤੁਸੀਂ ਤੁਹਾਨੂੰ ਦੱਸੋ ਤੇ ਮੈਂ ਸਮਝਦਾ ਕਿ ਸਾਡੇ ਕੋਲ ਐਸੇ ਲੋਕ ਨੇ ਉਹ ਹਾਊਸ ਹੋਟਲ ਉਹਨਾਂ ਕੋਲ ਸਜੈਸਟ ਨੇ ਬਹੁਤ ਪੋਟੈਂਸ਼ੀਅਲ ਹੈ ਸਵਾਦ ਜਦੋਂ 2005 ਵਿੱਚ ਜਲਦਲਾਇਆ ਸੀ ਤੇ ਲੋਕ ਤੇ ਆਪਣੀ ਗੱਡੀਆਂ ਲੈ ਕੇ ਜਨਾਬ ਆਪਣਾ ਸਮਾਨ ਲੈ ਕੇ ਉਹ ਮੈਡੀਸਨ ਔਰ ਖੁਰਾਕ ਲੈ ਕੇ ਉੱਥੇ ਪਹੁੰਚ ਗਿਆ ਤਾਂ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਲਾ ਤੇ ਕਿਉਂ ਨਹੀਂ ਕੰਮ ਕਰ ਸਕਦੇ ਬਿਲਕੁਲ ਕਰ ਸਕਦੇ ਹਾਂ ਸਖਤ ਸਾਹਿਬ ਇੱਕ ਫਾਈਨਲ ਮੈਸੇਜ ਟੂਰਿਜ਼ਮ ਦੇ ਵਾਲਾ ਤੁਸੀਂ ਕੀ ਦੇ ਸਕਦੇ ਹੋ ਕਿ ਮੈਂ ਪਾਕਿਸਤਾਨ ਨੰਬਰ 1 ਟੂਰਿਸਟ ਕੰਟਰੀ ਬਣ ਸਕਦਾ ਹੈ ਤੇ ਆਵਾਮ ਨੂੰ ਕੀ ਤੁਸੀਂ ਮੈਸੇਜ ਦੇ ਸਕਦੇ ਹੋ ਟੂਰਿਜ਼ਮ ਦੇ ਵਾਲਾ अच्छा वैसे अल्लाह दी जेडी नेमतान है ना ओदे हिसाब नाल ते असि ऑलरेडी नंबर बिल्कुल कुदरती है ते हुन असि अपने आप नु आप पुल करना है असल गल ते आवे मौला ने दे छड्या सारा कुछ जो दे सकदा सी ਕਿਸੇ ਵੀ ਬੁਲਕ ਨੂੰ ਕੱਲ ਅਸੀਂ ਬਲਕਿ ਮੈਂ ਛੋਟੀ ਜੀ ਗੱਲ ਤਾਂ ਦੱਸਾਂ ਕੱਲ ਅਸੀਂ ਬਿਲ ਬੜੇ ਰੀਸੈਂਟਲੀ ਅਸੀਂ ਕਿ ਸ੍ਰੀਲੰਕਨ ਡੈਲੀਗੇਸ਼ਨ ਸੀ ਉਹਨਾਂ ਦਾ ਇੱਕ ਇਵੈਂਟ ਉਹਨਾਂ ਦਾ ਹੋਇਆ ਹੈ ਬਿਲਕੁਲ ਹਾਂ ਉਹ ਰੀਸੈਂਟਲੀ ਹੋਇਆ ਹੈ ਤੇ ਉਹਦੇ ਵਿੱਚ ਉਹ ਗੱਲ ਕਰ ਰਹੇ ਸਨ ਕਿ ਸਾਡੇ ਕੋਲ ਸਾਰਾ ਕੁਝ ਟ੍ਰੋਪਿਕ ਹੈ ਸਾਡੇ ਕੋਲ ਬਰਫ਼ ਨਹੀਂ ਹੈ ਹਾਂ ਤੁਸੀਂ ਬਰਫ਼ ਪਹਾੜ ਨਹੀਂ ਦੇਖ ਸਕਦੇ ਉਸ ਤਰ੍ਹਾਂ ਦੇ ਮੈਂ ਕਹਾਂ ਜੀ ਉਹ ਅਸੀਂ ਵੀ ਖਾ ਸਕਦੇ ਹਾਂ ਤੁਸੀਂ ਤੁਸੀਂ ਇਸ ਦੇ ਉੱਤੇ ਐਬਲੀਰੇਟ ਕਰੋ ਅਸੀਂ ਦੇਖਿਆ ਹੁਣ ਆਇਆ ਜਿਹੜੀ ਤੁਹਾਡੀ ਗੱਲ ਸੀ ਨਾ ਉਹਨੂੰ ਜੋੜਨ ਆਸਤੇ ਮੈਂ ਕਹਾਂ ਕਿ ਅਸੀਂ ਇੰਡੀਵਿਜੂਅਲੀ ਵੀ ਪਾਕਿਸਤਾਨ ਨੂੰ ਪ੍ਰਮੋਟ ਕਰੀਏ ਤੇ ਅਸੀਂ ਜਿਹੜ ਜਿਹੜੀ ਕਮੀ ਉੱਥੇ ਤਾਂ ਜਿਹੜੀ ਕਮੀ ਕੁੱਤਾ ਅਸੀਂ ਉਹਨਾਂ ਮੁਕਾਬਲਾ ਕਰਨ ਦੇ ਬਜਾਏ ਉਹਨਾਂ ਦੇ ਨਾਲ ਰਲ ਕੇ ਇੱਕ ਜੁਆਇੰਟ ਆਪਣੇ ਪ੍ਰੋਗਰਾਮ ਐਂਟਰੇਨ ਕਰੀ ਉਹਨਾਂ ਨੂੰ ਐਂਟਰੇਨ ਕਰੀਏ ਭਾਈ ਸ਼੍ਰੀਲੰਕਾ 에ਅਰਲਾਈਨ ਅਗਰ ਗੈਸਟ ਲੈ ਕੇ ਆ ਰਹੀ ਹੈ ਤੇ ਉਹ ਸਾਡਾ ਵੀ ਲੈ ਕੇ ਆ ਸਕਦੀ ਹੈ ਪੀਆਈ ਅਗਰ ਗੈਸਟ ਲੈ ਕੇ ਆ ਰਹੀ ਹੈ ਤੋ ਜੋਇਨਿੰਗ ਕੰਪਨੀ ਲੈ ਕੇ ਇੱਕ ਵੀ ਆਸ ਹੈ ਐਮਓਯੂਜ਼ ਦਾ ਦੌਰ ਹੈ ਬਿਲਕੁਲ ਜੁਆਇੰਟ ਵੈਂਚਰਸ ਦਾ ਦੌਰ ਹੈ ਕੋਲੈਬੋਰੇਸ਼ਨ ਰੀਜਨਲ ਟੂਰਿਜ਼ਮ ਦਾ ਦੌਰ ਹੈ ਉਹ ਅਸੀਂ ਇਨਸ਼ਾਅੱਲਾ ਕਰਾਂਗੇ ਦੂਜਾ ਰੋਡ ਸ਼ੋਜ਼ ਉਹ ਅਸੀਂ ਇੰਟਰਨੈਸ਼ਨਲ ਜਿਹੜੇ ਔਰ ਇਵੈਂਟਸ ਨੇ ਉਹ ਸਾਡੇ ਆ ਰਹੇ ਨੇ ਅਸੀਂ ਇੰਗਲੈਂਡ ਵੀ ਜਾਣੇ ਆਪਣੀ ਚੀਜ਼ਾਂ ਨੂੰ ਲੈ ਕੇ ਉੱਥੇ ਇਵੈਂਟ ਹੋਏਗਾ ਅਸੀਂ ਅਮਰੀਕਾ ਜਾ ਰਹੇ ਹਾਂ ਅਸੀਂ ਪੈਰਿਸ ਫਰਾਂਸ ਜਾਵਾਂਗੇ ਪਾਕਿਸਤਾਨ ਨੂੰ ਇਨਸ਼ਾਅੱਲਾ ਪ੍ਰੋਮੋਟ ਕਰਦੇ ਚਾਈਨਾ ਨੂੰ ਹੋਨੇ ਅਸੀਂ ਕਰਕੇ ਆਏ ਹਾਂ ਹਫਤਾ ਤੋਂ 10 ਦਿਨ ਪਹਿਲੇ ਅਸੀਂ ਚਾਈਨਾ ਗੁਆਨਸੂ ਪ੍ਰੋਵਿੰਸ ਜਿਹੜਾ ਵੈਸਟਰਨ ਚਾਈਨਾ ਹੈ ਤੇ ਉਥੇ ਪਾਕਿਸਤਾਨ ਨੂੰ ਰਿਪਰੈਜ਼ੈਂਟ ਕੀਤਾ ਹੈ ਉਹਨਾਂ ਨੂੰ ਦੱਸਿਆ ਹੈ ਸਾਡੇ ਇੱਥੋਂ ਆਰਟੀਫੈਕਟਸ ਗਏ ਨੇ 180 ਆਰਟੀਫੈਕਟਸ ਜਿਹੜੇ ਗੰਧਾਰਾ ਤੇ ਬੁੱਧਿਜ਼ਮ ਤੋਂ ਰਿਲੇਟਡ ਨੇ ਉਹ ਅਸੀਂ ਉਥੇ ਐਗਜ਼ਿਬਿਟ ਹੋਏ ਨੇ ਤੇ ਤੁਸੀਂ ਦੇਖਦੇਗੇ ਕਿਵੇਂ ਲੋਕੀ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਸਨ ਤੇ ਪਾਕਿਸਤਾਨੀ ਨੂੰ ਸੈਲੀਬ੍ਰਿਟੀਜ਼ ਦੇ ਤੌਰ ਤੇ ਉਥੇ ਉਹਨਾਂ ਨੇ ਬਿਲਕੁਲ ਇਹ ਇਸਤਾਨ ਤੋਂ ਪ੍ਰਮੋਟ ਕਰ ਸਕਨੇ ਅਸੀਂ ਅਤੇ ਇਨਸ਼ਾਅੱਲਾ ਪਰੇਸ਼ਾਨੀਆਂ ਦੀ ਗੱਲ ਨਹੀਂ ਅਸੀਂ ਠੀਕ ਆ ਜੀ ਕੋਈ ਮਸਲਾ ਨਹੀਂ ਚੁਕਤਾਈ ਸਾਹਿਬ ਤੁਸੀਂ ਕੀ ਲਾਸਟ ਮੈਸੇਜ ਦੇਣਾ ਚਾਹੋਗੇ ਟੂਰਿਜ਼ਮ ਦੇ ਬਾਰੇ ਲੜਕੀ ਮੇਂ ਪ੍ਰਮੋਟ ਕੀਤਾ ਜਾ ਸਕਦਾ ਕਿ ਸਾਡਾ ਬੜਾ ਪੋਟੈਂਸ਼ੀਅਲ ਐ ਸਕੋਪ ਹੈ ਇੱਕ ਤੇ ਥੋੜਾ ਜਿਆਦਾ ਸਾਡੇ ਜਿਹੜੇ ਟੂਰ ਗਾਈਡਸ ਨੇ ਨਾ ਟੂਰ ਆਪਰੇਟਰ ਨੂੰ ਉਹਨਾਂ ਨੂੰ ਥੋੜਾ ਜਿਹਾ ਇਨਸੈਂਟਿਵ ਦੇਣਾ ਚਾਹੀਦਾ ਉਹਦੀ ਕੋਈ ਫੀਸਾਂ ਵੇਵ ਕੀਤੀ ਜਾਣਾ ਇਹੋ ਹੀ ਪੈਸੇ ਉਹਦੇ ਰਹਿਣਾ ਥੋੜੇ ਜਿਹਾ उस गिफ्ट दे दें लोगों जो टूरिस्ट ने बाढ़ और अलावा इंफ्रास्ट्रक्चर सांफ्रास्ट्रक्चर बेहतर बनाया जाए जगताई साहब थोड़ा बहुत शुक्रिया लोहित साहब थोड़ी अमर का बहुत शुक्रिया पाकिस्तान में जो अल्लाह ताला ने बहुत ज़्यादा कुदरती मुकाम त नवाजे जिम्मे मैं तो पहले गल दसी है ਤੇ ਇਵੇਂ ਅਸੀਂ ਪਾਕਿਸਤਾਨ ਦੇ ਟੂਰਿਜ਼ਮ ਨੂੰ ਪ੍ਰੋਮੋਟ ਕਰ ਸਕਦੇ ਹਾਂ ਕਿ ਅਸੀਂ ਡਿਜੀਟਲ মিডিਆ ਤੇ ਆਪਣੇ মিডিਆ ਦੇ ਜ਼ਰੀਏ ਜ਼ਰਾਇ ਡਿਜੀਟਲ ਜ਼ਰਾਇ ਵਲੌਗ ਦੇ ਜ਼ਰੀਏ ਆਪਣੇ ਮੁਲਕ ਦੀ ਸਿਆਸੀ ਮੁਕਾਮਾਂ ਤੋਂ ਪ੍ਰੋਮੋਟ ਕਰੀਏ ਤੇ ਅਸੀਂ ਇੱਥੇ ਇਨਵਾਈਟ ਵੀ ਕਰਨਾ ਚਾਹੁੰਦੇ ਹਾਂ ਗੈਰ ਮੁਲਕੀ ਲੋਕਾਂ ਨੂੰ ਗੈਰ ਮੁਲਕੀ ਦੋਸਤਾਂ ਨੂੰ ਕਿ ਪਾਕਿਸਤਾਨ ਆਣ ਤੇ ਇਹ ਕੁਦਰਤੀ ਮੁਕਾਮਾਂ ਨੂੰ ਵਿਜ਼ਿਟ ਕਰਨ ਤੇ ਆਪਣੇ ਐਕਸਪੀਰੀਅੰਸ ਵੀ ਲਾਜ਼ਮੀ ਸ਼ੇਅਰ ਕਰਨ ਐਸੀ ਨਾਜ਼ਰੀਨ ਅੱਜ ਸਾਥ ਸੋਚ ਵਿਚਾਰ ਅਗਲੇ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਏਗੀ ਅੱਲਾ ਨਿਗਬਾਨ